ਪੰਜਾਬੀ ਮੀਨੀਆਂ ਤੁਸੀਂ ਵੇਖ ਰਹੇ ਹੋ ਤਾਂ ਮੈਂ ਨਿਪੁਣ ਸ਼ਰਮਾ। ਸੋ ਫਿਲਮ ਚੱਲ ਭੱਜ ਚੱਲੀਏ ਥੀਏਟਰਸ ਵਿੱਚ ਆ ਗਈ ਹੈ। ਇੰਦਰ ਸ਼ਾਹਰ, ਰੁਬੀਨਾ ਤਿਲੇਕ, ਅਲੀਸ਼ਾ, ਸਰਦਾਰ ਸੋਹੀ, ਨਿਰਮਲ ਰਿਸ਼ੀ ਅਤੇ ਕਈ ਹੋਰ ਕਿਰਦਾਰ ਇਸ ਫਿਲਮ ਦਾ ਅਹਿਮ ਹਿੱਸਾ ਹੈ, ਜਿਨ੍ਹਾਂ ਨੇ ਤੁਹਾਨੂੰ ਐਂਟਰਟੇਨ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। ਫਿਲਮ ਦੇ ਵਿੱਚ ਦੋ ਪਿੰਡਾਂ ਦੀ, ਯਾਨੀ ਕਿ ਪਿੰਡ ਇੱਕ ਆ ਪਰ ਉਹ ਡਿਵਾਈਡ ਹੋ ਗਏ ਨੇ, ਸੱਜਾ ਲੋਹਗੜ ਅਤੇ ਖੱਬਾ ਲੋਹਗੜ ਬਣ ਗਏ ਨੇ, ਇਹਨਾਂ ਦੀ ਤਕਰਾਰ ਦਿਖਾਈ ਗਈ ਹੈ। ਰੀਜ਼ਨ ਕਰਕੇ, ਰੀਜ਼ਨ ਕੀ ਹੈ ਕਿ 30 ਸਾਲ ਪਹਿਲਾਂ ਪਿੰਡ ਦੇ ਵਿੱਚ ਕੀ ਹੋ ਜਾਂਦਾ, ਇੱਕ ਪਿੰਡ ਤੋਂ ਦੂਜੇ ਪਿੰਡ ਕੁੜੀ ਕੋਈ ਭਜਾ ਲੈ ਜਾਂਦਾ, ਤਾਂ ਉਸੇ ਬਦਲੇ ਦੇ ਕਾਰਨ ਇਹ ਜਿਹੜੀ ਲੜਾਈ ਹੈ, ਇਹ ਤਕਰਾਰ ਚੱਲਦੀ ਆ ਰਹੀ ਹੈ। ਇਹ ਟ੍ਰੇਲਰ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਸੀ। ਫਿਲਮ ਦੇ ਵਿੱਚ ਕੀ ਆ ਆਪਾਂ ਦੇਖਾਂਗੇ, ਕਿਉਂਕਿ ਪਹੁੰਚ ਚੁੱਕੇ ਆ ਸਕਰੀਨਿੰਗ 'ਤੇ, ਜਿੱਥੇ ਕਿ ਬਹੁਤ ਸਾਰੇ ਕਲਾਕਾਰ ਆਉਣਗੇ, ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਦੇਖਾਂਗੇ ਫਿਲਮ 'ਤੇ ਲਵਾਂਗੇ ਫਿਲਮ ਦਾ ਮਜ਼ਾ। ਕੀ ਹਾਲ ਚਾਲ? ਠੀਕ ਆ ਜੀ, ਬਹੁਤ ਸੋਹਣਾ ਕੰਮ ਕੀਤਾ ਤੁਸੀਂ ਫਿਲਮ 'ਚ। ਥੈਂਕ ਯੂ ਜੀ, ਹੈ ਨਾ, ਤੁਹਾਨੂੰ ਵਧੀਆ ਲੱਗੀ? ਹਾਂਜੀ ਹਾਂਜੀ, ਬਹੁਤ ਮਜ਼ਾ ਆਇਆ ਫਿਲਮ ਦੇਖ ਕੇ। ਫਿਰ ਪਾਸ ਆ ਸੀ? ਹਾਂਜੀ, ਪੂਰੀ ਤੁਸੀਂ ਪਾਸ ਹੋ। ਹਾਂਜੀ ਸਰ, 2 ਮਿੰਟ। ਸੋ ਇਸ ਤਰ੍ਹਾਂ ਦਾ ਕਿਰਦਾਰ ਕਿਵੇਂ, ਕਿਉਂਕਿ ਇੱਕ ਗਾਣਾ ਪੂਰਾ ਪੂਰਾ ਤੁਹਾਡੇ 'ਤੇ ਫਿਲਮਾਇਆ ਗਿਆ ਜੋ ਰਾਹਤ ਸਾਹਿਬ ਨੇ ਗਾਇਆ, ਉਸ ਗਾਣੇ ਦੇ ਵਿੱਚ ਪਰਫੋਰਮ ਕਰਕੇ ਕਿਵੇਂ ਦਾ ਲੱਗਾ? ਬਹੁਤ ਵਧੀਆ ਲੱਗਾ, ਆਨਰ ਲੱਗਿਆ ਮੈਨੂੰ ਇੰਨੇ ਵੱਡੇ ਜਿਹੜੀ ਕੋਰੀਓਗ੍ਰਾਫੀ ਕੀਤੀ ਉਹ ਵੀ ਬੜੀ ਸ਼ਾਨਦਾਰ ਸੀ, ਪਰ ਆਪਾਂ ਕਹਾਣੀ ਦੀ ਗੱਲ ਕਰਦੇ ਹਾਂ। ਸਭ ਕੁਛ ਜੋ ਵੀ ਕਰਦੇ ਆ ਉਹ ਬੜਾ ਪਿਆਰਾ ਲੱਗਦਾ ਹੈ, ਗੁੱਸਾ ਕਰਦੇ ਆ ਬਹੁਤ ਪਿਆਰਾ ਲੱਗਦਾ ਹੈ, ਤੇ ਪਿਆਰ ਵੀ ਕਰਦੇ ਉਹ ਵੀ ਬਹੁਤ ਪਿਆਰਾ। ਜਿਹੜਾ ਮਾਹੌਲ ਸੀਗਾ, ਹਾਂਜੀ, ਬਾਰਡਰਸ ਦਾ, ਸੱਜਾ ਲੋਗਰ, ਖੱਬਾ ਲੋਗਰ, ਸੈੱਟ ਤੇ ਕਿਹੋ ਜਿਹਾ ਮਾਹੌਲ ਸੀ? ਉੱਥੇ ਵੀ ਇੱਦਾਂ ਸੀ? ਨਹੀਂ, ਉਦੋਂ ਤਾਂ ਨਹੀਂ ਹੈਗਾ ਸੀ, ਉਦੋਂ ਤਾਂ ਲੱਗਦਾ ਹੀ ਨਹੀਂ ਸੀ ਸੱਜਾ ਲੋਗ ਕਿਹੜਾ ਹੈਗਾ, ਖੱਬਾ ਲੋਗ ਕਿਹੜਾ ਹੈ। ਹੁਣ ਫਿਲਮ ਨੂੰ ਵੇਖਣ ਦੇ ਬਾਅਦ ਨਾ ਸਭ ਕੁਛ ਸੈਂਸ ਬਣ ਰਿਹਾ। ਅਸੀਂ ਤਾਂ ਆਰਟਿਸਟ ਹੈਗੇ ਹਾਂ, ਅਸੀਂ ਚੱਲੇ ਰਹਿੰਦੇ ਆਪਣੇ ਸੀਨ ਕਰਕੇ ਵਾਪਸ ਚੱਲੇ ਸੀ ਨਾ ਕਰ, ਅਤੇ ਹੁਣ ਵੇਖ ਕੇ ਸਭ ਕੁਛ ਸੈਂਸ ਬਣ ਰਿਹਾ। ਸਭ ਤੋਂ ਵੱਧ ਪਿਆਰ ਤੁਹਾਨੂੰ ਕਿਸ ਆਰਟਿਸਟ ਵੱਲੋਂ ਮਿਲਿਆ ਫਿਲਮ 'ਚ? ਨਿਮਨ ਰਿਸ਼ੀ ਜੀ, ਉਹ ਬਹੁਤ ਪਿਆਰੇ ਆ। ਮੈਂ ਸੈੱਟ 'ਤੇ ਜਾਂਦੀ ਸੀ ਅਤੇ ਉਹ ਮੇਰਾ ਹੱਥ ਫੜ ਕੇ ਬਹਿ ਜਾਂਦੀ ਸੀ। ਅੱਛਾ, ਬਹੁਤ ਪਿਆਰੇ ਪਿੰਡ ਦੀ ਇੱਜ਼ਤ ਐਵੇਂ ਵਰਕਣਾ ਬਿਨਾ ਭੱਜਾ ਕਿਵੇਂ? ਹੋਰ ਕੀ ਮਜ਼ਾ ਆਇਆ ਤੁਹਾਨੂੰ ਫਿਲਮ ਵਿੱਚ? ਸਭ ਤੋਂ ਵਧੀਆ ਕੰਮ ਕਿਹਦਾ ਲੱਗਾ? ਬਸ ਸਾਰੇ ਭੱਜਣ ਤੇ ਲੱਗੇ ਹੋਏ, ਇਹੀ ਮਜ਼ਾ ਸੀ, ਬਹੁਤ ਵਧੀਆ ਸੀ। ਤੁਹਾਡੀ ਵੀ ਗੱਲ ਆ ਰਹੀ ਹੈ, ਰੋਜ਼ ਰੋਜ਼ ਹੀ ਤੇ ਗੁਲਾਬ, ਉਦੋਂ ਗੱਲ ਕਰਾਂਗੇ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਜਿਸ ਤਰ੍ਹਾਂ ਤੁਸੀਂ ਖੜ ਕੇ ਸਟਾਰ ਕਾਸਟ ਦੀ ਵੇਟ ਕਰ ਰਹੇ ਹੋ, ਔਰ ਤੁਸੀਂ ਤੁਹਾਡੇ ਕੈਮਰੇ ਮੁਸਕਰਾ ਰਹੇ ਨੇ ਅੱਜ, ਹੁਣ ਲੱਗਦਾ ਕਿ ਦਰਸ਼ਕ ਭੱਜ ਕੇ ਆਉਣਗੇ ਜ਼ਰੂਰ ਦੇਖਣ ਵਾਸਤੇ ਫਿਲਮ। ਬਹੁਤ ਸੋਹਣਾ ਮੈਸੇਜ ਵੀ ਹੈ। ਮੈਂ ਮੇਰੇ ਪਿੰਡ ਜਾ ਕੇ ਮੈਂ ਇਹ ਗੱਲ ਸ਼ੇਅਰ ਕੀਤੀ ਕਿ ਇਸ ਤਰ੍ਹਾਂ ਦੀ ਫਿਲਮ ਬਣ ਰਹੀ ਹੈ, ਇਹ ਤੁਹਾਨੂੰ ਇਹ ਮੁੱਦਾ ਕਿਹੋ ਜਿਹਾ ਲੱਗਦਾ? ਲਿਟਰਲੀ ਮੈਂ
ਮੈਂ ਪਰਮਾਤਮਾ ਦੀ ਕਸਮ ਖਾ ਕੇ ਕਹਿੰਦਾ, ਮੇਰੇ ਪਿੰਡ ਦੇ ਨਾਲ ਸਾਂਝੀ ਵੱਟ ਹੈ ਜਿਹੜੇ ਪਿੰਡ ਦੀ, ਉੱਥੇ ਦੋ ਪਿੰਡਾਂ ਦਾ ਆਹੀ ਕੁਛ ਹੋ ਰਿਹਾ ਕਈ ਸਾਲਾਂ ਤੋਂ। ਮੈਂ ਪਿੰਡ ਰਿਹਾ ਨਹੀਂ, ਮੈਂ ਬੰਬੇ ਰਿਹਾ ਜ਼ਿਆਦਾ। ਉਹ ਕਹਿੰਦੇ ਤਾਂ ਆਪਣੇ ਨੇੜੇ ਕਿੱਸਾ ਹੀ ਚੱਲ ਰਿਹਾ, ਮਤਲਬ ਬਹੁਤ ਸੋਹਣਾ ਸਬਜੈਕਟ, ਤੁਹਾਨੂੰ ਸ਼ਾਬਾਸ਼ ਦੇ ਜਾਂਦੀ ਹੈ ਰਾਈਟਰ ਨੂੰ। ਮੈਂ ਉੱਥੋਂ ਇਹ ਕਹਿੰਦਾ, ਮੈਂ ਕਿਹਾ ਵੀ ਮੈਂ ਰਾਈਟਰ ਦਾ ਡਾਇਰੈਕਟਰ ਦਾ ਫੇਰ ਜਿਹੜਾ ਬੰਦਾ ਪੈਸਾ ਲਾਉਂਦਾ ਉਹਨੂੰ ਦਾ ਜ਼ਰੂਰ ਸ਼ੁਕਰਾਨਾ ਕਰਨਾ। ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਭਾਜੀ ਦਾ, ਬਹੁਤ 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 ਸ਼ੁਕਰੀਆ ਭਾਜੀ ਤੁਹਾਡਾ, ਤੁਸੀਂ ਐਡੀ ਖੂਬਸੂਰਤ ਸੋਹਣੀ ਫਿਲਮ ਬਣਾਈ ਹੈ। ਤੇ ਅੱਗੇ ਵੀ ਤੁਸੀਂ ਸਾਡੀ ਫਿਲਮ ਨੂੰ ਸਪੋਰਟ ਕਰੋ, ਆਈ ਹੋਪ ਸਾਰਿਆਂ ਨੂੰ ਅੱਛੀ ਲੱਗੇਗੀ। ਔਰ ਉਹਨੇ ਫਿਲਮ ਦਾ ਸੁਣਦਰ ਭਾਈ ਆ ਲੋਕਾਂ ਤੱਕ, ਸੁਣਦਰ ਭਾਈ ਇੱਧਰ ਆਓ, ਇੱਧਰ ਆਓ, ਆ ਜਾ ਫਿਲਮ ਦੇ ਸਟੋਰੀ ਸਕ੍ਰਿਪਟ ਦੇ ਡਾਇਲੋਗ ਅੱਜ ਦੀ ਯੂਥ ਦਾ ਨਹੀਂ ਸਰ ਪਤਾ, ਪ੍ਰੋਡਿਊਸਰ ਜਦੋਂ ਤੱਕ ਸਾਥ ਨਹੀਂ ਦਿੰਦੇ ਨਾ ਐਡੀ ਕਾਸਟ ਨੂੰ ਇਕੱਠੇ ਕਰਕੇ ਲਿਆਉਣਾ, ਹੈ ਨਾ। ਆਪਾਂ ਸਿਰਫ ਇੱਕੋ ਵਾਰੀ ਮੂੰਹ ਤੋਂ ਕਹਿੰਦੇ ਸੀਗੇ ਕਿ ਇਹ ਕਰੈਕਟਰ ਚਾਹੀਦਾ, ਅਤੇ ਭਾਜੀ ਨੇ ਕਦੀ ਵੀ ਨਾ ਨਹੀਂ ਕੀਤੀ ਸਾਨੂੰ, ਅਤੇ ਉਸ ਗੱਲ ਲਈ ਸਾਨੂੰ ਆਪਾਂ ਬਹੁਤ ਥੈਂਕਫੁਲ, ਕਿਉਂਕਿ ਨਹੀਂ ਤਾਂ ਕਿਤੇ ਕਿਤੇ ਹੈ ਨਾ ਹੁੰਦਾ ਕਿ ਯਾਰ ਨਹੀਂ ਛੋਟਾ ਬਜਟ ਦਾ ਕੋਈ ਆਰਟਿਸਟ ਲੈ ਲਓ। ਆਪਾਂ ਸਰ ਨੂੰ ਕਿਹਾ ਕਿ ਇਹ ਕਰੈਕਟਰ ਚਾਹੀਦਾ, ਭਾਜੀ ਨੇ ਇੱਕ ਵਾਰੀ ਨਹੀਂ ਨਾ ਕੀਤੀ, ਹਾਂ ਜੋ ਤੁਹਾਡਾ ਦਿਲ ਕਰਦਾ ਉਹ ਕਰੋ, ਅਤੇ ਉਹਦੇ ਲਈ ਆਪਾਂ ਬੜੇ ਥੈਂਕਫੁਲ ਹਾਂ ਭਾਜੀ ਦੇ, ਹੈ ਨਾ। ਇੱਦਾਂ ਦੇ ਪ੍ਰੋਡਿਊਸਰਾਂ ਦੀ ਸਾਡੀ ਇੰਡਸਟਰੀ ਨੂੰ ਬੜੀ ਲੋੜ ਹੈ, ਅਤੇ ਇਹਨਾਂ ਨੂੰ ਜ਼ਿੰਦਾ ਰੱਖਣਾ ਆਪਾਂ, ਹੈ ਨਾ। ਤੁਸੀਂ ਸਪੋਰਟ ਕਰੋਗੇ, ਉੱਪਰ ਵਾਲਾ ਵੀ ਸੁਣਦਾ ਹੈ ਨਾ, ਮੀਡੀਆ ਦੇ ਰਾਹੀਂ ਜੇ ਤੁਸੀਂ ਸਪੋਰਟ ਕਰੋਗੇ ਅਤੇ ਇੱਦਾਂ ਦੇ ਪ੍ਰੋਡਿਊਸਰ ਹੋਰ ਵੀ ਫਿਰ ਆਉਣਗੇ, ਵਧੀਆ ਵਧੀਆ ਫਿਲਮਾਂ ਬਣਾਉਣਗੀਆਂ। ਥੈਂਕ ਯੂ। ਸਾਰੇ ਕਲਾਕਾਰਾਂ ਨੇ ਬੜਾ ਸੋਹਣਾ ਕੰਮ ਕੀਤਾ ਇਸ ਮੂਵੀ ਦੇ ਵਿੱਚ, ਤਾਂ ਸਭ ਨੂੰ ਮੇਰੀ ਰਿਕੁਐਸਟ ਹੈ ਸਾਰੇ ਜ਼ਰੂਰ ਥੀਏਟਰ 'ਤੇ ਜਾਣ। ਸਾਡੇ ਰਾਈਟਰ ਸਾਹਿਬ ਅਤੇ ਡਾਇਰੈਕਟਰ ਸਾਹਿਬ ਨੇ ਬੜੀ ਮਿਹਨਤ ਕੀਤੀ ਹੈ, ਅਤੇ ਕਲਾਕਾਰਾਂ ਨੇ ਬੜੀ ਮਿਹਨਤ ਕੀਤੀ ਹੈ। ਪਲੀਜ਼ everybody go to theater and see the movie chal paaje indra bhaji tusi do shabd tuhadi thank you sab to vaddi gall hai ki ek chocolate boy sanu punjab da sunna mil gaya, ek nava chocolate boy milya ji ji bahut sona banda indra mili dropping no doubt thank you so much sare na feeling thank you so much ki sare ਆਏ ਇੱਥੇ ਸਾਡੀ ਮੂਵੀ ਪ੍ਰਮੋਟ ਕਰਨ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੂ, ਆਪਣੇ ਪੇਰੈਂਟਸ ਨਾਲ ਆਪਣੇ ਪਰਿਵਾਰ ਨਾਲ ਸਾਰੇ ਜਾਇਓ ਅਤੇ ਸਾਨੂੰ ਰਿਵਿਊ ਦਿਓ ਅਤੇ ਮੇਰੀ ਡੈਬਿਊ ਹੈ, ਭਾਅ ਜੀ ਉਹਨਾਂ ਨੇ ਸਾਰਿਆਂ ਨੇ ਮੈਨੂੰ ਬਹੁਤ ਸਪੋਰਟ ਕੀਤੀ, ਸਰ ਨੇ ਵੀ, ਸੋ ਥੈਂਕ ਯੂ ਸੋ ਮੱਚ ਤੁਹਾਡਾ ਸਾਰਿਆਂ ਦਾ ਆਉਣ ਦਾ, ਅਤੇ ਸਾਨੂੰ ਸੱਚੇ ਰਿਵਿਊ ਦਿਓ ਤਾਂ ਕਿ ਅਸੀਂ ਅੱਗੇ ਹੋਰ ਬੈਟਰ ਕਰ ਸਕੀਏ। ਮੈਂ ਪਹਿਲਾਂ ਗਾਇਆ ਹੀ ਆ ਵੀਰੇ, ਦੋ ਲੈਣਾ ਮੈਂ ਫਿਲਮ 'ਚ ਗਾਣਾ, ਉਹ ਗਾਣਾ ਉਹ ਜਿਵੇਂ ਰਹਿੰਦਾ ਪਰੇਸ਼ਾਨ ਹਾਂ ਤੁਹਾਡੇ ਨਾਲ ਥੈਂਕ ਯੂ।
ਸੁਰਿੰਦਰ ਭਾਈ ਬਹੁਤ ਕਾਮ ਪਰਸਨ ਨੇ ਸੱਚੀ, ਮਤਲਬ ਕੋਈ ਮਤਲਬ ਇਹ ਰਾਈਟਰ ਹੋ ਕੇ ਹਰ ਡੇਲੀ ਸੈੱਟ ਤੇ ਹੁੰਦੇ ਸੀ ਸਾਰੇ ਸਾਰੇ ਸਾਹ ਤੋਂ ਪਹਿਲਾਂ ਨਹੀਂ ਬਾਉਂਡਿੰਗ ਵਧੀਆ ਹੋਵੇ ਟੀਮ ਵਧੀਆ ਹੋਵੇ ਉੱਥੇ ਦਿਲ ਵੀ ਕਰਦਾ ਤੇ ਸਾਡਾ ਪਰਿਵਾਰ ਸੀਗਾ ਤੇ ਪਰਿਵਾਰ ਨੂੰ ਮਿਲਣ ਦਾ ਕਿਹਦਾ ਦਿਲ ਨਹੀਂ ਕਰਦਾ ਤੇ ਹਾਂਜੀ 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 ਮੈਮ ਕੋ ਕਰੀ ਕਰੀ ਕਹਿੰਦੇ ਰਿਸ਼ਾ ਦੇ ਮੋਬਾਈਲ ਲੋਟ ਕਰ ਇਹ ਸਵਾਲ ਤੁਸੀਂ ਡਾਇਰੈਕਟ ਕਰੋ ਡਾਇਰੈਕਟ ਬੋਲੋ ਮੜਾ ਯਾਰ ਸਾਰੇ ਤੁਸੀਂ ਜਾਓ ਸਾਡੀ ਮੂਵੀ ਵਾਚ ਕਰੋ ਸਾਰੇ ਨੇ ਬੜੀ ਮਿਹਨਤ ਕੀਤੀ ਹੈ ਸਾਰੇ ਸਪੋਰਟ ਕਰਿਓ ਸਾਰੇ ਥੈਂਕ ਯੂ ਸੋ ਮਚ ਅਲੀਸ਼ਾ ਹੁਣ ਦੋ ਸ਼ਬਦ ਜ਼ਰਾ ਹੋਊਗੀ ਇੰਗਲਿਸ਼ ਮੇ ਯੂ ਕੈਨ ਸਪੀਕ ਹਾਂਜੀ ਇਹਨਾਂ ਨੇ ਤਾਂ ਸਭ ਕੁਝ ਕਹਿ ਹੀ ਦਿੱਤਾ ਹੈ ਹੁਣ ਮੈਂ ਇੰਗਲਿਸ਼ ਹੀ ਕਰਦੀ ਹਾਂ ਗੱਲ ਪਲੀਜ਼ ਐਵਰੀਵਨ ਗੋ ਵਾਚ ਆਰ ਮੂਵੀ ਪਲੀਜ਼ ਸਪੋਰਟ ਅਸ ਸਾਡਾ ਸਾਰਿਆਂ ਦਾ ਡੈਬਿਊ ਹੈਗਾ ਪੰਜਾਬੀ ਨਿਕਲ ਗਈ ਇਟਸ ਆਲ ਆਫ ਆਰ ਡੈਬਿਊਸ ਐਂਡ ਆਈ ਰੀਲੀ ਹੋਪ ਯੂ ਗਾਇਜ਼ ਇੰਜੋਏ ਦ ਮੂਵੀ ਪਲੀਜ਼ ਗੋ ਵਿਦ ਯੋਰ ਫਰੈਂਡਸ ਐਂਡ ਫੈਮਿਲੀ ਐਂਡ ਸਪੋਰਟ ਅਸ ਇਨ ਵਾਚਿੰਗ ਫਿਲਮ ਥੈਂਕ ਯੂ ਸੋ ਮਚ ਕੱਲ ਨੂੰ ਆ ਜਾਣੀਆਂ ਸਾਰੇ ਵੇਖਿਓ ਔਰ ਕੱਲ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਕੱਲ ਨੂੰ ਆਪਣੀ ਫੈਮਿਲੀ ਦੇ ਨਾਲ ਭੱਜ ਕੇ ਜਾਓ ਜਾਂ ਤੁਰ ਕੇ ਜਾਓ ਜਾਂ ਬਾਈਕ ਤੇ ਜਾਓ ਸਕੂਟਰ ਤੇ ਜਾਓ ਪਰ ਦੇਖ ਕੇ ਜ਼ਰੂਰ ਆਓ ਚੱਲ ਭੱਜ ਲਈਏ ਹੈਗੇ ਪ੍ਰੋਡਿਊਸਰ ਨੇ ਪਿੱਛੇ ਪਿੱਛੇ ਤੁਸੀਂ ਦੇਖੋ ਕਿ ਜਿੱਦਾਂ ਦੇ ਹੈਗੇ ਆ ਪਿੱਛੇ ਹੋ ਕੇ ਵੀ ਲੱਭਦੇ ਨੇ ਇਹ ਕਹਿੰਦੇ ਕਿ ਮੈਂ ਪਿੱਛੇ ਰਵਾਂਗਾ ਤਾਂ ਵੀ ਦਿਖਾਂਗਾ ਚਲੋ ਸਭ ਨੂੰ ਅਗਰ ਪਸੰਦ ਆਏ ਤੇ ਦੇਖੋ ਔਰ ਅੱਛਾ ਅੱਛਾ ਲਿਖੋ ਪਬਲਿਕ ਦੇਖਣ ਜਾਏ ਹੱਥ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਨਾਲ ਖੜੋਗੇ ਸਾਡੀ ਫਿਲਮ ਲਾਜ਼ਮੀ ਹੈ ਲੋਕਾਂ ਨੂੰ ਫਿੱਟਣ ਦੀ ਸਮਰੱਥਾ ਹੈਗੀ ਆ ਪਰ ਤੁਸੀਂ ਤੁਹਾਡਾ ਸਾਥ ਬਹੁਤ ਜ਼ਰੂਰੀ ਹੈ ਬਹੁਤ ਇੱਕ ਵਾਰੀ ਬਜਾ ਕੇ ਦਿਖਾ ਦੋ ਦੁਬਾਰਾ ਹਰ ਮਹੱਲੇ ਪੁਰਾਣੀ ਦੁਸ਼ਮਣੀ ਸੀ ਸਾਡੇ ਨਾਲ ਮੇਰੇ ਨਾਲ ਹੀ ਹੋਰ ਕਿਤੇ ਹੋਣੀ ਹੈ ਮੈਂ ਮਾੜਾ ਜਿਹਾ ਇਸ਼ਾਰਾ ਹੀ ਕੀਤਾ ਮੈਂ ਕਿਦਾਂ ਕਰਨਾ ਕਹਿੰਦੇ ਡਨ ਅਸੀਂ ਤਿਆਰ ਬੈਠੇ ਤਾਂ ਕਰਕੇ ਇਦਾਂ ਦਾ ਮਾਹੌਲ ਜਿਹਾ ਕ੍ਰੀਏਟ ਹੋ ਗਿਆ ਉਦੋਂ ਬਾਅਦ ਫਿਰ ਗੰਡਾਸੀਆਂ ਟਕੂਏ ਖੜਕਦੇ ਰਹੇ ਰਾਜ ਮੈਡਮ ਸਾੜੀ ਪਾ ਕੇ ਆਏ ਪਹਿਲੀ ਵਾਰੀ ਪੰਜਾਬ ਦੀ ਪਹਿਲੀ ਕੁੜੀ ਕਰਵਾਇਆ
ਅੰਨੀ ਭਾਰੀ ਪਤਾ ਬੂਟੀ ਨਹੀਂ ਮਿਲਦੇ ਉਹਨੂੰ ਬੂਟੀ ਨਹੀਂ ਮਿਲਦੇ ਭਾਜੀ ਸੀਗੇ ਜਿਹੜੇ ਅੰਦਰ ਚਾਲ ਬਈ ਹੋਣਾ ਦੀ ਫਸਟ ਫਿਲਮ ਸੀਗੀ ਭਾਜੀ ਹੋਣਾ ਯਸ ਕਰਾਈ ਹੈ ਗੁਰੂ ਸਾਹਿਬ ਕਿਰਪਾ ਕਰਨ ਦੀ ਤਾਰ ਸਾਡੇ ਤੇ ਬਹੁਤ ਜੀ ਲਵਾਇਆ ਸਾਡਾ ਬਹੁਤ ਜ਼ਿਆਦਾ ਬਹੁਤ ਘੈਂਟ ਸਾਰੇ ਜਾਣੇ ਆ ਗਏ ਅੱਜ ਮੇਰਾ ਸਿਰ ਵੀ ਦਿਲ ਵੀ ਝੁਕੀ ਜਾਂਦਾ ਪ੍ਰੈਸ ਸਾਹਮਣੇ ਦੇਸ਼ ਦੀ ਐਵੇਂ ਕਹਿ ਰਹੇ ਨੇ ਪ੍ਰੈਸ ਇਦਾਂ ਦੀ ਹੁੰਦੀ ਹੈ ਪ੍ਰੈਸ ਇਦਾਂ ਦੀ ਹੁੰਦੀ ਹੈ ਪ੍ਰੈਸ ਇਦਾਂ ਦੀ ਹੁੰਦੀ ਹੈ ਖੜੀ ਰਹਿੰਦੀ ਹੈ ਖੜੀ ਰਹਿੰਦੀ ਹੈ ਸਾਡੇ ਕਮੈਂਟ ਛੱਡੋ ਮੈਂ ਫਿਲਮ ਦੇਖ ਕੇ ਆਇਆ ਮੈਂ ਕਿਹਾ ਸਾਡੇ ਕਮੈਂਟ ਛੱਡੋ ਤੁਸੀਂ ਫਿਲਮ ਦੇਖ ਕੇ ਆਏ ਤੇ ਫਿਰ ਤੁਸੀਂ ਕਮੈਂਟ ਕਰੋ ਹਾਂ ਹਾਂ ਉਹ ਜ਼ਰੂਰ ਦੱਸਿਓ ਤੁਹਾਨੂੰ ਮੂਵੀ ਕਿੱਦਾਂ ਦੀ ਲੱਗੀ ਅਸੀਂ ਆਪਦੇ ਵੱਲੋਂ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਹੈ ਸਾਰੇ ਆਰਟਿਸਟ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਪ੍ਰੋਡਿਊਸਰ ਸਾਹਿਬ ਨੇ ਸਾਰੀ ਟੀਮ ਨੇ ਡਾਇਰੈਕਟਰ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਤੁਸੀਂ ਜਾ ਕੇ ਵੇਖਿਓ ਤੁਹਾਨੂੰ ਪੱਕਾ ਵਧੀਆ ਲੱਗੂ ਸਾਰੇ ਤੱਕ ਪਹੁੰਚਾ ਦੇਣੀ ਹੈ ਬਹੁਤ ਘੈਂਟ ਫਿਲਮ ਬਣੀ ਹੋਈ ਆ ਤੇ ਕੱਲ ਨੂੰ ਸਾਰੇ ਜਾ ਕੇ ਆਪਣੇ ਪਰਿਵਾਰਾਂ ਦੇ ਨਾਲ ਥੀਏਟਰ ਚ ਵੇਖਣ ਚੱਲ ਪਾ ਚੱਲੀਏ ਸੋ ਖਿੱਚ ਲਿਓ ਗਿਲੀਆਂ ਸਾਨੂੰ ਸਾਰੇ ਚੱਲ ਪਾ ਚੱਲੀਏ ਰਿਲੀਜ਼ ਹੋ ਗਈ ਹੈ ਥੀਏਟਰ ਦੇ ਵਿੱਚ ਫਿਲਮ ਦੇ ਅਹਿਮ ਕਿਰਦਾਰ ਇੰਦਰ ਸ਼ਾਹਲ ਮੇਰੇ ਨਾਲ ਆ ਭਾਜੀ ਵੈਲਕਮ ਪਹਿਲਾਂ ਤਾਂ ਥੈਂਕ ਯੂ ਵੀਰੇ ਥੈਂਕ ਯੂ ਸੋ ਮਚ ਜੀ ਧੰਨਵਾਦ ਨਾਲ ਹੈ ਅਲੀਸ਼ਾ ਦੋਹਾਂ ਦਾ ਵੈਲਕਮ ਸਤਿ ਸ਼੍ਰੀ ਅਕਾਲ ਸੋ ਹੁਣ ਮੈਂ ਦੋਹਾਂ ਨੂੰ ਸੱਜਾ ਲੋਹ ਗੜਕਾਵਾਂ ਜਾਂ ਖੱਬਾ ਲੋਹ ਗੜਕਾਵਾਂ ਕਿਵੇਂ ਇੰਟਰੋਡਿਊਸ ਕਰਾਂ ਕਿਉਂਕਿ ਕਲਾਈਮੈਕਸ ਦੇ ਵਿੱਚ ਸਭ ਕੁਝ ਬਦਲ ਜਾਂਦਾ ਕਹਾਣੀ ਬਦਲ ਜਾਂਦੀ ਭਾਈ ਪਰ ਪਹਿਲਾ ਸਵਾਲ ਤੁਹਾਡੇ ਤੋਂ ਇਹ ਨਵਾਂ ਐਕਸਪੀਰੀਅੰਸ ਇਹ ਕਿਵੇਂ ਦਾ ਰਿਹਾ ਫਿਲਮ ਦਾ ਤੁਹਾਡਾ ਬਹੁਤ ਵਧੀਆ ਮੇਰੇ ਮੈਨੂੰ ਤਾਂ ਸੁਪਨਾ ਹੀ ਲੱਗ ਰਿਹਾ ਅੱਜ ਤੱਕ ਵਾਹਿਗੁਰੂ ਦੀ ਮਿਹਰ ਹੋਈ ਮੈਂ ਤੁਹਾਡੇ ਸਾਹਮਣੇ ਆਇਆ ਇਦੋਂ ਵੱਡਾ ਤਾਂ ਮੇਰੇ ਪੇਰੈਂਟਸ ਦਾ ਸ਼ੁਕਰੀਆ ਸਾਰੀ ਫੈਮਿਲੀ ਦਾ ਅਤੇ ਸਾਰੇ ਚਾਹੁਣ ਵਾਲਿਆਂ ਦਾ ਥੈਂਕ ਯੂ ਸੋ ਮਚ ਇੰਨੀ ਸੋਹਣੀ ਲੁੱਕ ਇੰਨਾ ਹੈਂਡਸਮ ਮੁੰਡਾ 6-7 ਸਾਲ ਪਹਿਲਾਂ ਗਾਣਾ ਕਰ ਦਿੰਦਾ ਫਿਲਮਾਂ 'ਚ ਉਹਨੂੰ ਇੰਨਾ ਟਾਈਮ ਕਿਵੇਂ ਲੱਗ ਗਿਆ ਵੀਰੇ ਰਾਈਟ ਸਕ੍ਰਿਪਟ ਰਾਈਟ ਟਾਈਮ ਮੈਨੂੰ ਇਹੀ ਲੱਗਿਆ ਅਤੇ ਮੈਂ ਤੁਹਾਡੇ ਸਾਹਮਣੇ ਅੱਜ ਉੱਦਾਂ ਵੈਸੇ ਅਦਾਕਾਰੀ ਦਾ ਚਾਅ ਕਿੰਨਾ ਸੀਗਾ ਐਕਟਿੰਗ ਦਾ ਬਹੁਤ ਸ਼ੁਰੂ ਤੋਂ ਚਾਅ ਹੁੰਦਾ ਸੀ ਵੀ ਮੈਂ ਐਕਟਰ ਬਣਾ ਦੇਖਦਾ ਹੁੰਦਾ ਸੀ ਫਿਲਮਾਂ ਅਤੇ ਹੁੰਦਾ ਸੀ ਕਿ ਯਾਰ ਮੈਂ ਬਣਾ ਅਤੇ ਮੇਰੇ ਲਈ ਅਜੇ ਸੁਪਨਾ ਹੀ ਆ ਅਜੇ ਮੈਂ ਸੁਪਨੇ 'ਚੋਂ ਬਾਹਰ ਨਹੀਂ ਆਇਆ ਜੀ ਫਿਲਮ ਦੇ ਵਿੱਚ ਭਜਾਣ ਪੀਣ ਵਾਲੀ ਗੱਲ ਆ ਜਿਵੇਂ ਟ੍ਰੇਲਰ ਦੇ ਵਿੱਚ ਵੀ ਦੇਖਿਆ ਆਪਾਂ ਕਿਉਂਕਿ ਸਟੋਰੀ ਆਪਾਂ ਜ਼ਿਆਦਾ ਆਪਾਂ ਟ੍ਰੇਲਰ ਦੇ ਸਾਹਮਣੇ ਗੱਲ ਕਰਾਂਗੇ ਭਜਾਣ ਵਾਲੀ ਜ਼ਿਆਦਾ ਗੱਲ ਪਿਆਰ ਤੁਸੀਂ ਫਿਲਮ ਵੇਖੀ ਨਹੀਂ ਵੇਖੀ ਆ ਮੈਂ ਸਟੋਰੀ ਰਿਵੀਲ ਨਹੀਂ ਕਰ ਸਕਦੇ ਨਾ ਦਰਸ਼ਕਾਂ ਨੇ ਵੀ ਦੇਖਣੀ ਆਪਾਂ ਦੇਖੀ ਪਰ ਆਪਾਂ ਸਟੋਰੀ ਨਹੀਂ ਰਿਵੀਲ ਕਰ ਸਕਦੇ ਤੁਸੀਂ ਅਸਲ ਜ਼ਿੰਦਗੀ ਦੇ ਵਿੱਚ ਇੰਦਰ ਸ਼ਾਹ ਦੇ ਮਗਰ ਇੱਦਾਂ ਪਿਆ ਕੋਈ ਕਿਹੋ ਜਿਹਾ ਮੋਲ ਆਇਆ ਸੀ ਕੁੜੀ ਭਜਾਣ ਵਾਲਾ ਜਾਂ ਕਿਸੇ ਨੇ ਕਿਹਾ ਹੋਵੇ ਇੱਧਰ ਲੈ ਜਾ ਮੈਨੂੰ ਨਹੀਂ ਵੀਰੇ ਕਹਾਣੀ ਹੀ ਸੁਣੀਆਂ ਨੇ ਮਗਰ ਤਾਂ ਕੋਈ ਨਹੀਂ ਪਿਆ ਅੱਜ ਤੱਕ ਜੀ ਇੱਦਾਂ ਦਾ ਕੋਈ ਮੋਲ ਨਹੀਂ ਅਜੇ ਤੱਕ ਤਾਂ ਕੋਈ ਨਹੀਂ ਸੁਣਿਆ ਹੀ ਆ ਸੋ ਅਲੀਸ਼ਾ ਤੁਹਾਡੀ ਕਿਵੇਂ ਦੀ ਕੈਮਿਸਟਰੀ ਰਹੀ ਇੰਦਰ ਦੇ ਨਾਲ ਇਸ ਫਿਲਮ ਦੇ ਵਿੱਚ ਹੋਰ ਕਿਵੇਂ ਦਾ ਤੁਹਾਨੂੰ ਐਕਸਪੀਰੀਅੰਸ ਰਿਹਾ ਪੰਜਾਬੀ ਫਿਲਮ ਦੇ ਵਿੱਚ ਪੰਜਾਬੀ ਫਿਲਮ ਦੇ ਵਿੱਚ ਮੈਨੂੰ ਬਹੁਤ ਵਧੀਆ ਲੱਗਾ ਕੇ ਪਹਿਲੀ ਵਾਰ ਸਕਰੀਨ 'ਤੇ ਮੈਨੂੰ ਵੇਖ ਮੈਂ ਖੁਦ ਨੂੰ ਜਦੋਂ ਵੇਖਿਆ ਮੈਂ ਬਹੁਤ ਨਰਵਸ ਸੀ ਬਟ ਇਹਨਾਂ ਦੇ ਨਾਲ ਵੀ ਕੈਮਿਸਟਰੀ ਬਹੁਤ ਵਧੀਆ ਲੱਗੀ ਮੈਨੂੰ ਔਨ ਸਕਰੀਨ ਇਹਨਾਂ ਦੀ ਅਤੇ ਰੂਬੀਨਾ ਦੀ ਕੈਮਿਸਟਰੀ ਕੁਛ ਅਲੱਗ ਆ ਅਤੇ ਮੇਰੀ ਤਾਂ ਇਹਨਾਂ ਦੀ ਅਲੱਗ ਕੈਮਿਸਟਰੀ ਹੈ ਅਤੇ ਤੁਸੀਂ ਮੂਵੀ ਜਦੋਂ ਵੇਖੋਗੇ ਨਾ ਸੈਂਸ ਬਣੂਗੀ ਸੈਂਸ ਬਣਦੀ ਆ ਔਰ ਵੈਸੇ ਡਾਕਟਰ ਵਾਲੀ ਗੇਮ ਬਹੁਤ ਵਧੀਆ ਸੀ ਜੀ ਹੁੰਦਾ ਹੀ ਅਕਸਰ ਮਤਲਬ ਮੈਂ ਡਾਇਰੈਕਟਰ ਰਾਈਟਰ ਸਾਹਿਬ ਨੇ ਜਦੋਂ ਲਿਖਿਆ ਤਾਂ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿਹਾ ਤੁਹਾਡੇ ਦਿਮਾਗ 'ਚ ਕਿੱਥੋਂ ਆਈ ਕਹਿੰਦਾ ਅਕਸਰ ਇੱਦਾਂ ਹੀ ਦੇਖਦੇ ਹਾਂ ਆਪਾਂ ਮੈਂ ਕਿਹਾ ਨਾ ਤੁਸੀਂ ਕੀਤਾ ਬਿਲਕੁਲ ਉਹ ਡਾਕਟਰ ਵਾਲੀ ਗੇਮ ਬਹੁਤ ਵਧੀਆ ਸੀ ਸੋ ਉਹ ਕਿਤਾਬ ਮੈਨੂੰ ਮਿਲ ਜਾਏਗੀ ਤੁਹਾਡੇ ਵੱਲੋਂ ਕਿਤਾਬ ਚਾਹੀਦੀ ਮੈਨੂੰ ਕੁੜੀਆਂ ਫਸਾਉਣ ਦੇ ਤਰੀਕੇ
ਔਰ ਉਹ ਤੁਹਾਡੇ ਵੱਲੋਂ ਨਹੀਂ ਕਿਤਾਬ ਚਾਹੀਦੀ ਮੈਨੂੰ ਫੋਨ ਆਉਂਦਾ ਹੈ ਹਰ ਵਾਰ ਇੱਦਾਂ ਹੀ ਫੋਨ ਦਾ ਹੀ ਫੋਨ ਆਉਂਦਾ ਹੈ ਔਰ ਮੈਨੂੰ ਕਿਤਾਬ ਇਹਨਾਂ ਵੱਲੋਂ ਨਹੀਂ ਚਾਹੀਦੀ ਉਹ ਮੁੰਡਿਆਂ ਦਾ ਬਚਣ ਦੇ ਤਰੀਕੇ ਤੁਹਾਡੇ ਵੱਲੋਂ ਕਿਤਾਬ ਮੈਨੂੰ ਚਾਹੀਦੀ ਹੈ ਉਹ ਪ੍ਰੋਡਕਸ਼ਨ ਵਾਲਾ ਤਾਂ ਲੈਂਦੇ ਆਪਾਂ ਜੀ ਜੀ ਵੈਸੇ ਕਿਹੜੇ ਤਰੀਕੇ ਕਾਲਜ ਟਾਈਮ ਜਾਂ ਯੂਨੀਵਰਸਿਟੀ ਸਕੂਲ ਟਾਈਮ ਇੰਦਰ ਅਪਣਾਉਂਦੇ ਸੀ ਕੁੜੀ ਨੂੰ ਇੰਪ੍ਰੈਸ ਕਰਨ ਲਈ ਮੈਂ ਵੀਰੇ ਬਹੁਤ ਸ਼ਰਮੀਲਾ ਸੀ ਹੁਣ ਵੀ ਬਹੁਤ ਸ਼ਾਇਆ ਹਾਂ ਅਤੇ ਮੈਨੂੰ ਹਿੰਮਤ ਨਹੀਂ ਹੁੰਦੀ ਸੀ ਆਪਾਂ ਹੈ ਨਾ ਮਤਲਬ ਜਦੋਂ ਕਾਲਜ 'ਚ ਆਇਆ ਸਿੰਗਰ ਬਣ ਗਿਆ ਤਾਂ ਮੇਰਾ ਟਾਈਮ ਇਹੋ ਜਿਹਾ ਕਦੇ ਆਇਆ ਨਹੀਂ ਜ਼ਿੰਦਗੀ 'ਚ ਜੀ ਮਤਲਬ ਕਿ ਪਿੰਡ ਦੇ ਵਿੱਚ ਦਿਖਾਇਆ ਬੜਾ ਪੜਾਕੂ ਜਿਹਾ ਮੁੰਡਾ ਦਾ ਅਸਲ ਵਿੱਚ ਪੜਾਕੂ ਸੀਗੇ ਤੁਸੀਂ ਅਸਲ 'ਚ ਮੈਂ ਮੀਡੀਅਮ ਸੀ ਵੀਰੇ ਮੈਂ ਕਹਾਂ ਹਾਂ 70-75% ਵਾਲਾ ਸੀਗਾ 70% ਵਾਲਾ ਸੀ ਜੀ 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 ਸੋ ਅਲੀਸ਼ਾ ਤੁਸੀਂ ਕਿਵੇਂ ਸੀਗੇ ਪੜ੍ਹਾਈ ਦੇ ਵਿੱਚ ਮੂਵੀ ਦੇ ਵਿੱਚ ਜਸਟ ਇਨ ਜਨਰਲ ਲਾਈਫ ਦੇ ਵਿੱਚ ਮੈਂ ਏ ਪਲੱਸ ਏ ਬੀ ਸਟੂਡੈਂਟ ਸੀਗੀ ਮੈਂ ਵੀ ਬਹੁਤ ਫੋਕਸ ਕਰਦੀ ਸੀ ਪੜ੍ਹਾਈਆਂ 'ਤੇ ਫਿਰ ਮੈਨੂੰ ਮੂਵੀ ਦਾ ਚਾਂਸ ਮਿਲ ਗਿਆ ਐਕਚੁਲੀ ਮੈਂ ਮੈਡੀਕਲ ਫੀਲਡ 'ਚ ਜਾ ਰਹੀ ਸੀ ਪਹਿਲਾਂ ਡਾਕਟਰੀ ਦੀ ਪੜ੍ਹਾਈਆਂ ਕਰ ਰਹੀ ਸੀ ਮੈਂ ਜਿਹਦੇ ਜਿੱਦਾਂ ਹੀ ਸਾਡੇ ਪੇਰੈਂਟਸ ਆਉਂਦੇ ਆਪਣੇ ਪੇਰੈਂਟਸ ਕਿਡ ਸਕਸੀਡ ਕਰਨ ਲਈ ਬਟ ਹਾਂ ਏ ਪਲੱਸ ਸਟੂਡੈਂਟ ਸੀਗੀ ਮੈਂ ਹਾਂਜੀ ਪਰ ਵਧੀਆ ਐਕਟਿੰਗ 'ਚ ਆ ਗਏ ਤੁਸੀਂ ਸੋ ਭਾਈ ਆਲ ਦਾ ਬੈਸਟ ਆ ਤੁਹਾਨੂੰ ਇਸ ਫਿਲਮ ਲਈ ਫਿਲਮ ਦੇ ਵਿੱਚ ਬਹੁਤ ਚੰਗਾ ਕੰਮ ਕੀਤਾ ਔਰ ਗਾਣੇ ਵੀ ਸੋ ਇਹ ਮੈਂ ਪੁੱਛਣਾ ਚਾਹੂੰਗਾ ਇੰਦਰ ਚਾਹਲ ਦਾ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਗਾਜ਼ ਕਿਵੇਂ ਹੋਇਆ ਸੀ ਵੀਰੇ ਸਟਾਰਟਿੰਗ ਤੋਂ ਸਕੂਲ 'ਚ ਗਾਉਂਦਾ ਹੁੰਦਾ ਸੀ ਸਕੂਲ ਤੋਂ ਗਾਉਂਦਾ ਗਾਉਂਦਾ ਮਤਲਬ ਉਦੋਂ ਬਹੁਤ ਔਖਾ ਹੁੰਦਾ ਸੀ ਗਾਣੇ ਕਰਨੇ ਸੋ ਮੇਰੇ ਨਾਲ ਦੇ ਟੀਮ ਅੱਜ ਦਾ ਮੋਹਾਲੀ ਆਇਆ ਸੋ ਮੇਰੀ ਸਾਰੀ ਟੀਮ ਮਨਕਿਰਤ ਹੁੰਦਾ ਸੀ ਮੇਰਾ ਕਜ਼ਨ ਸੋ ਉਹਨਾਂ ਨੇ ਬਹੁਤ ਸਾਰਿਆਂ ਨੇ ਬਹੁਤ ਸਪੋਰਟ ਕੀਤੀ ਤਾਂ ਮੈਂ ਇੱਦਾਂ ਰੱਬ ਨੇ ਜਦੋਂ ਰਾਹ ਬਣਾਉਂਦਾ ਰੱਬ ਸਾਹਮਣੇ ਮਨਕਿਰਤ ਔਰ ਨੇ ਤੁਹਾਨੂੰ ਅਸਿਸਟ ਕੀਤਾ ਇਸ ਲਾਈਨ 'ਚ ਤੁਹਾਨੂੰ ਜੀ ਭਰਾ ਵੀਰੇ ਭਰਾ ਸੀ ਹੈ ਅਤੇ ਹਮੇਸ਼ਾ ਰਹੂ ਜੀ ਮਤਲਬ ਕਿ ਇੱਕ ਭਰਾ ਦਾ ਇੱਕ ਹੱਕ ਹੁੰਦਾ ਜਿਵੇਂ ਤੁਸੀਂ ਪੜ੍ਹਦੇ ਸੀ ਜਾਂ ਕੋਈ ਹੋਰ ਕੰਮ ਤੁਹਾਡਾ ਧਿਆਨ ਕਿਤੇ ਹੋਰ ਸੀ ਉਹ ਤੁਹਾਨੂੰ ਇੱਦਾਂ ਲੈ ਕੇ ਆਏ ਕਿ ਤੁਸੀਂ ਉਹਨਾਂ ਦੀ ਗਾਈਡੈਂਸ ਲਈ ਕਿ ਮੈਂ ਕਿੱਥੇ ਜਾਵਾਂ ਲਾਈਫ 'ਚ ਵੀਰੇ ਸੀ ਅਸੀਂ ਇਕੱਠੇ ਰਹਿਣ ਲੱਗ ਗਏ ਸੀ ਇੱਥੇ ਮੋਹਾਲੀ ਆ ਕੇ ਸੋ ਉਹਦਾ ਵੀ ਸਟਰਗਲ ਟਾਈਮ ਸੀ ਉਸ ਟਾਈਮ ਸੋ ਉਹਦਾ ਗਾਣਾ ਜਦੋਂ ਚੱਲਿਆ ਸੀ ਉਦੋਂ ਮੈਂ ਪਹਿਲਾ ਗਾਣਾ ਆਇਆ ਸੀ ਸੋ ਮੈਂ ਉਦੋਂ ਸਿੱਖਦਾ ਸਿੱਖਦਾ ਤੁਹਾਡੇ ਸਾਹਮਣੇ ਵੀਰੇ ਅੱਜ ਬਹੁਤ ਵਧੀਆ ਕੰਮ ਕਰ ਰਹੇ ਹੋ ਅਸੀਂ ਸਾਡੀਆਂ ਦੁਆਵਾਂ ਤੁਹਾਡੇ ਨਾਲ ਆ ਬਲੈਸਿੰਗ ਤੁਸੀਂ ਅੱਗੇ ਵੀ ਫਿਲਮਾਂ ਕਰਦੇ ਰਹੋ ਇੰਦਰ ਚਾਹ ਨੂੰ ਅਸੀਂ ਇੱਦਾਂ ਦੇਖਦੇ ਰਹੇ ਥੈਂਕ ਯੂ ਸੋ ਮਚ ਅਲੀਸ਼ਾਨ ਆਲ ਦਾ ਬੈਸਟ ਫੋਰ ਦਾ ਚੱਲ ਭੱਜੀਏ ਮੂਵੀ ਮੇਰੇ ਨਾਲ ਹੈ ਪੰਜਾਬੀ ਫਿਲਮ ਇੰਡਸਟਰੀ ਦੀ ਰਾਜ ਧੰਨਵਾਦ ਵੈਲਕਮ ਜੀ ਤੁਹਾਡਾ ਥੈਂਕ ਯੂ ਅਸੀਂ ਬਾਲੀਵੁੱਡ ਦੇ ਵਿੱਚ ਸੁਣਿਆ ਸੀ ਰਾਜ ਨਾਮ ਤੋਂ ਸੁਣਾ ਹੋਗਾ ਬਾਲੀਵੁੱਡ ਦੇ ਵਿੱਚ ਵੀ ਰਾਜ ਸੁਣਾ ਹੋਗਾ ਬਾਲੀਵੁੱਡ ਦੇ ਵਿੱਚ ਵੀ ਰਾਜ ਚੱਲਦਾ ਹੈ ਥੈਂਕ ਯੂ ਸੋ ਫਿਲਮ ਚੱਲ ਪਾ ਚੱਲੀ ਦੀ ਗੱਲ ਕਰੀਏ ਸੋ ਬਹੁਤ ਹੀ ਇੱਕ ਐਸਾ ਕਿਰਦਾਰ ਜਿਹਦੇ ਕਰਕੇ ਬਹੁਤ ਜ਼ਿਆਦਾ ਬੈਕਲੈਸ਼ ਵੀ ਪਿੰਡਾਂ ਵੱਲੋਂ ਝੇਲਣਾ ਪਿਆ ਤੁਹਾਨੂੰ ਫਿਲਮ ਦੇ ਵਿੱਚ ਹਾਂਜੀ ਬਿਲਕੁਲ ਬਿਲਕੁਲ ਇਹ ਇੱਦਾਂ ਦੇ ਆਨਸਰ ਜਿਹੜੇ ਹੁੰਦੇ ਨੇ ਅਕਸਰ ਹੁੰਦੇ ਨੇ ਜਿਹੜੇ ਕੋਈ ਇੱਦਾਂ ਦੀ ਗਲਤੀ ਕਰਦੇ ਨੇ ਜਿਹਦੀ ਜਿਹੜੀ ਖਮਿਆਜ਼ਾ ਉਹ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਪਿੰਡਾਂ ਨੂੰ ਉਹਨਾਂ ਦੇ ਕੁਲਾਂ ਨੂੰ ਭੁਗਤਣਾ ਪੈਂਦਾ ਸੋ ਇਸ ਜਿਹੜਾ ਇਸ ਫਿਲਮ ਦੇ ਵਿੱਚ ਸੀਗਾ ਕੁਛ 30 ਸਾਲ ਪਹਿਲਾਂ ਕੋਈ ਇੱਦਾਂ ਦਾ ਵਾਕਿਆ ਹੋਇਆ ਸੀਗਾ ਜਿਸ ਕਰਕੇ ਉਹਨਾਂ ਦਾ ਵੈਰ ਪੈ ਜਾਂਦਾ ਸੋ ਇੱਦਾਂ ਦਾ ਹੈਗਾ ਪਰ ਉਹ ਵੈਰ ਜਿਹੜਾ ਮੁੜ ਕੇ ਚੱਲਦਾ ਰਹਿੰਦਾ ਬਟ ਕਹਿੰਦੇ ਨੇ ਕਿਤੇ ਪਿਆਰ 'ਚ ਰਿਸਟ੍ਰਿਕਸ਼ਨ ਹੋ ਜਾਂਦੀ ਹੈ ਪਿਆਰ ਤਾਂ ਕਿਤੇ ਵੀ ਹੋ ਸਕਦਾ ਬਿਲਕੁਲ ਕਿਤੇ ਵੀ ਹੋ ਸਕਦਾ ਜੀ ਅਟਰੈਕਸ਼ਨ ਬੰਦੇ ਨੂੰ ਕਿਤੇ ਵੀ ਹੋ ਸਕਦੀ ਹੈ ਸੋ ਪਰ ਇਸ ਫਿਲਮ ਦੇ ਵਿੱਚ ਜਿਹੜਾ ਦਿਖਾਇਆ ਹੈਗਾ ਕਿ ਦੋ ਕੁੜੀਆਂ ਨੂੰ ਉਹ ਚੀਟ ਕਰ ਰਹੇ ਨੇ ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਚਲੋ ਇਹ ਤਾਂ ਫਿਲਮ ਸੀ ਮੈਂ ਵੈਸੇ ਇੱਕ ਸਿੱਖ ਕਹਿ ਰਹੀ ਹਾਂ ਕਿ ਉਹ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਕਿਸੇ ਨੂੰ ਕਰਦੇ ਹੋ ਤਾਂ ਇੱਕ ਆਪਣਾ ਇੱਕ ਜਣੇ ਨੂੰ ਪਿਆਰ ਕਰਦੇ ਹੋ ਤਾਂ ਉਹਦੇ ਬਣ ਕੇ ਰਹੋ ਅਤੇ ਜੇ ਤੁਹਾਨੂੰ ਕੋਈ ਪਸੰਦ ਹੈ ਤਾਂ ਆਪਣੇ ਪੇਰੈਂਟਸ ਨੂੰ ਦੱਸੋ ਅੱਜ ਕੱਲ੍ਹ ਪੇਰੈਂਟਸ ਬਹੁਤ ਅੰਡਰਸਟੈਂਡਿੰਗ ਨੇ ਬਹੁਤ ਐਡਵਾਂਸ ਹੋ ਗਏ ਨੇ ਸੋ ਉਹ ਸਾਰੀਆਂ ਜਾਤਾਂ ਪਾਤਾਂ ਉਹ ਸਾਰਾ ਅੱਜ ਕੱਲ੍ਹ ਕੁਛ ਹੈ ਹੀ ਨਹੀਂ ਸੋ ਵਧੀਆ ਮੈਨੂੰ ਲੱਗਦਾ ਇਹ ਵਧੀਆ ਵੀ ਹੈ ਇੱਕ ਇਨਸਾਨ ਨੂੰ ਇਨਸਾਨ ਦੇ ਤੌਰ 'ਤੇ ਦੇਖਣਾ ਚਾਹੀਦਾ ਤੁਸੀਂ ਕਹਿਣਾ ਵੀ ਸਾਰੀਆਂ ਚੀਜ਼ਾਂ ਕੁਝ ਨਹੀਂ ਹੋਣੀਆਂ ਚਾਹੀਦੀਆਂ ਕੁਝ ਉਵੇਂ ਨਾ ਹੋਵੇ ਭਰਾ ਵੈਸਾ ਨਾ ਹੋਵੇ ਜਿਹਨੂੰ ਭੈਣ ਦੇ ਭੱਜਣ ਦਾ ਨਹੀਂ ਮੇਰੇ ਬੂਟ ਲੈ ਕੇ ਡਰ ਉਹ ਮੈਂ ਤਾਂ ਜਦੋਂ ਹਨੀ ਮੈਨੂੰ ਹੁਣ ਵੀ ਕਿਤੇ ਮਿਲਦਾ ਉਹਨੂੰ ਕਹੋ ਮੇਰੇ ਬੂਟ ਮੈਂ ਸੋ
ਭਾਬੀ ਦਾ ਕਿਰਦਾਰ, ਭੈਣ ਦਾ ਕਿਰਦਾਰ, ਜ਼ਿਆਦਾਤਰ ਭਰਜਾਈ ਦੇ ਕਿਰਦਾਰ ਤੁਹਾਨੂੰ ਹੋਰ ਹੁੰਦੇ, ਪਰ ਇਸ ਫਿਲਮ ਦੇ ਵਿੱਚ ਹਾਲਾਂਕਿ ਪਿੰਡ ਵਾਲੇ ਤਾਂ ਭਾਬੀ ਕਹਿੰਦੇ ਸੀ, ਉੱਦਾਂ ਕੋਈ ਭਾਬੀ ਨਹੀਂ ਸੀਗੇ ਤੁਸੀਂ ਅਫੀਸ਼ੀਅਲ ਕਿਸੇ ਹੀਰੋ ਦੀ ਜਾਂ ਕਿਸੇ ਹੀਰੋਇਨ ਦੀ, ਇਹ ਵਧੀਆ ਲੱਗਾ ਨਾ ਇਹਦੇ ਵਿੱਚ? ਨਹੀਂ, ਚਲੋ ਕਰੈਕਟਰਸ ਕਰਨੇ ਮੈਨੂੰ ਚੰਗੇ ਲੱਗਦੇ ਨੇ, ਹੈ ਨਾ, ਮੈਂ ਕੋਈ ਵੀ ਕਰੈਕਟਰ ਹੋਵੇ ਮੈਨੂੰ ਕਰਨਾ ਚੰਗਾ ਲੱਗਦਾ, ਕਿਉਂਕਿ ਉਹ ਸਾਡੇ ਆਲੇ ਦੁਆਲੇ 'ਚੋਂ ਹੀ ਹੁੰਦੇ ਨੇ। ਸੋ ਇਹ ਇੱਕ ਅਲੱਗ ਟਰੈਕ ਸੀਗਾ, ਮੈਨੂੰ ਚੰਗਾ ਲੱਗਿਆ, ਫਿਲਮ ਦਾ ਹਿੱਸਾ ਬਣ ਕੇ ਚੰਗਾ ਲੱਗਿਆ, ਜਿਹਦੇ ਵਿੱਚ ਸਾਰੇ ਜਣੇ ਸੀਗੇ, ਸਾਰੀ ਫਿਲਮ ਇੰਡਸਟਰੀ ਸਾਡੀ ਪੂਰੀ, ਪੂਰਾ ਟੱਬਰ ਸੀ, ਤਾਂ ਮੈਨੂੰ ਚੰਗਾ ਲੱਗਿਆ। ਸੋ ਹੋਰ ਤੁਹਾਨੂੰ ਕਿਹੜਾ ਕਿਰਦਾਰ ਤੁਸੀਂ ਆਪਣੀ ਜ਼ਿੰਦਗੀ 'ਚ ਵਿੱਚ ਕਰਨਾ ਚਾਹੁੰਦੇ ਹੋ? ਰਾਜ ਨੂੰ ਤਾਂ ਆਪਾਂ ਇੱਕ ਤਾਂ ਹੁੰਦਾ ਨਾ, ਸਕ੍ਰਿਪਟ ਮੇਕਰਸ ਵੱਲੋਂ ਆਉਂਦੀ ਹੈ, ਪ੍ਰੋਡਿਊਸਰ ਵੱਲੋਂ ਆਉਂਦੀ ਹੈ, ਹੈ ਨਾ, ਕਿਰਦਾਰ ਉਹਨਾਂ ਵੱਲੋਂ ਉਹ ਹੁੰਦੇ ਨੇ। ਤੁਹਾਡੀ ਕੋਈ ਖੁਆਇਸ਼ ਜਿਹੜਾ ਕਿਰਦਾਰ ਤੁਸੀਂ ਕਰਨਾ ਚਾਹੁੰਦੇ ਹੋ, ਕਿਹੋ ਜਿਹੇ ਤਰੀਕੇ ਨਾਲ ਆਪਣੇ ਆਪ ਨੂੰ ਰਿਪ੍ਰਜੈਂਟ ਤੁਸੀਂ ਐਜ਼ ਅ ਸਕਰੀਨ ਦੇ ਵਿੱਚ ਦੇਖਿਆ ਆ, ਓਬਜ਼ਰਵ ਕੀਤਾ, ਪਰ ਹਾਲੇ ਤੱਕ ਕਿਰਦਾਰ ਨਹੀਂ ਮਿਲਿਆ ਤੁਹਾਨੂੰ? ਨਹੀਂ, ਜਿੱਦਾਂ ਥੀਏਟਰ ਆਰਟਿਸਟ ਹੋਣ ਕਰਕੇ ਨਾ, ਮੈਂ ਬਹੁਤ ਸਾਰੇ ਕਿਰਦਾਰ ਕਰਦੀ ਹਾਂ, ਅਤੇ ਉਦੋਂ ਵੀ ਕਰਦੇ ਸੀ ਜਦੋਂ ਅਸੀਂ ਪਲੇ ਕਰਦੇ ਸੀਗੇ, ਅਤੇ ਗੱਲ ਇਹ ਹੈ ਕਿ ਸਾਡੀ ਆਲੇ ਦੁਆਲੇ 'ਚ ਇੰਨੇ ਕੁ ਕਿਰਦਾਰ ਪਏ ਨੇ, ਇੰਨੇ ਕੁ ਲਾਈਵ ਕਿਰਦਾਰ ਪਏ ਨੇ, ਜਿਨ੍ਹਾਂ ਨੂੰ ਮਤਲਬ ਦਿਲ ਕਰਦਾ ਇਹ ਵੀ ਕਰੀਏ, ਇਹ ਵੀ ਕਰੀਏ। ਸੋ ਜਦੋਂ ਕਦੇ ਵੀ ਮੌਕਾ ਮਿਲਿਆ, ਮੈਂ ਹਰ ਤਰ੍ਹਾਂ ਦੇ ਕਿਰਦਾਰ ਕਰਨਾ ਚਾਹੂੰਗੀ। ਕੋਈ ਤੁਹਾਨੂੰ ਲੱਗਦਾ ਜਿਹੜਾ ਅੱਜ ਕੱਲ੍ਹ ਦਾ ਜ਼ਮਾਨਾ ਆ, ਜਿੱਦਾਂ ਕਿ ਇਸ ਫਿਲਮ ਦੇ ਵਿੱਚ ਭੱਜਣ ਦੀ ਗੱਲ ਕੀਤੀ ਆ, ਪਰ ਉਸ ਦੇ ਨਾਲ ਜਿਹੜੀ ਕੁੜੀ ਦੇ ਮਾਂ ਪਿਓ ਹੁੰਦੇ, ਉਹਨਾਂ 'ਤੇ ਬਹੁਤ ਜ਼ਿਆਦਾ ਉਹ ਫਰਕ ਪੈਂਦਾ, ਸਾਈਕੋਲੋਜੀਕਲ, ਮੈਂਟਲੀ ਜਾਂ ਬਾਹਰੋਂ ਸੋਸ਼ਲੀ ਦਬਾਅ, ਉਹ ਚੀਜ਼ਾਂ ਨਾਲੋਂ ਇਹ ਆ ਕਿ ਬੰਦਾ ਘਰ ਜਾ ਕੇ ਗੱਲ ਕਰ ਲਵੇ। ਬਿਲਕੁਲ ਬਿਲਕੁਲ, ਤੁਸੀਂ ਇਹਦੇ ਵਿੱਚ ਵੀ ਦੇਖਿਆ ਇੱਕ ਇਮੋਸ਼ਨਲ ਜਿਹਾ ਸੀਨ ਵੀ ਆਇਆ ਸੀ ਜਦੋਂ ਮਾਂ ਅਤੇ ਧੀ ਮਿਲਦੀਆਂ ਨੇ, ਅਤੇ ਇੱਕ ਖੁਸ਼ੀ ਦੀ ਖਬਰ ਵੀ ਦੱਸਦੇ ਆ, ਬਟ ਉਹ ਇੱਦਾਂ ਹੀ ਹੁੰਦਾ ਕਿ ਉਹਨਾਂ ਨੂੰ ਨੀਵੇਂ ਹੋਣਾ ਪੈਂਦਾ ਪੇਰੈਂਟਸ ਨੂੰ, ਜ਼ਿਆਦਾਤਰ ਇਹ ਜਿਹੜਾ ਨੀਵਾਂ ਹੋਣਾ ਪੈਂਦਾ ਕੁੜੀ ਦੇ ਪੇਰੈਂਟਸ ਨੂੰ, ਹੈ ਨਾ, ਅਤੇ ਉਹਨਾਂ ਨੂੰ ਉਹਨਾਂ ਦੀ ਇੱਜ਼ਤ ਦਾ ਸਵਾਲ ਹੋ ਜਾਂਦਾ। ਸੋ ਮੈਂ ਇਹੀ ਕਹਿੰਦੀ ਹਾਂ ਕਿ ਹੁਣ ਅੱਜ ਕੱਲ੍ਹ ਬਹੁਤ ਐਡਵਾਂਸ ਹੋ ਗਏ ਸਾਰੇ, ਪਹਿਲਾਂ ਤਾਂ ਇਹ ਹੁੰਦਾ ਸੀ ਕਿ ਕਤਲ ਹੋ ਜਾਂਦੇ ਸੀਗੇ ਅਣਖਾਂ ਪਿੱਛੇ, ਹੁਣ ਵੀ ਇਹ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਹੈਗਾ, ਬਟ ਬਹੁਤ ਲੋਕ ਐਡਵਾਂਸ ਵੀ ਹੋ ਗਏ। ਸੋ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਹੁਣ ਬਹੁਤ ਸੁਧਰ ਗਏ ਨੇ ਲੋਕ, ਪੜ੍ਹ ਲਿਖ ਗਏ ਨੇ, ਸੋ ਜਿਹੜੀ ਅਨਪੜ੍ਹਤਾ ਸੀ ਉਹ ਦੂਰ ਹੋ ਗਈ, ਲੋਕ ਸਮਝ ਗਏ ਨੇ, ਹੈ ਨਾ। ਤਾਂ ਇਹੀ ਇਹੋ ਜਿਹੇ ਮੈਸੇਜ ਫਿਲਮ ਵਿੱਚ ਐਂਡ 'ਚ ਸਾਨੂੰ ਮਿਲਦਾ ਚੱਲ ਭੱਜ ਲਈਏ। ਤੁਹਾਨੂੰ ਇਸ ਫਿਲਮ ਲਈ ਆਲ ਦਾ ਬੈਸਟ, ਕਿ ਰਾਜ ਜੀ ਦੇ ਕਿਰਦਾਰ ਨੂੰ ਬਹੁਤ ਜ਼ਿਆਦਾ ਲੋਕ ਪਸੰਦ ਕਰਨ, ਔਰ ਅੱਗੇ ਵੀ ਇਸ ਸਾਲ ਕਿਹੜੀਆਂ ਕਿਹੜੀਆਂ ਫਿਲਮਾਂ 'ਚ ਆ ਰਹੇ ਹੋ? ਕਾਫੀ ਸਾਰੀਆਂ ਮੂਵੀਜ਼ ਹੈਗੀਆਂ ਨੇ, 10-12 ਮੂਵੀਜ਼ ਹੈਗੀਆਂ ਨੇ ਜਿਹੜੀਆਂ ਰੈਡੀ, ਇੰਨੀਆਂ ਤਾਂ ਮੇਨ ਹੀਰੋ ਦੀ ਰੈਡੀ ਪਈਆਂ ਨੇ, ਤੇ ਹੌਲੀ ਹੌਲੀ ਆ ਰਹੀਆਂ ਜਦੋਂ ਜਦੋਂ ਡੇਟਸ ਅਨਾਉਂਸ ਹੁੰਦੀਆਂ ਨੇ। ਬਹੁਤ ਵਧੀਆ, ਫਿਰ ਤਾਂ 10-12 ਫਿਲਮਾਂ, ਇੱਕ ਦੀ ਦੱਸ ਵੀ ਦਿਓ ਕਿਹੜੀ ਹੋਰ ਹੈ। ਚੱਕ ਲੋ ਰੱਬ ਦਾ ਨਾਂ ਲੈ ਕੇ ਹੁਣੇ ਆਉਣ ਵਾਲੀ ਹੈ, ਤੇ ਸ਼ਾਇਰ, ਹੈ ਨਾ, ਤੇ ਹੋਰ ਵੀ ਕਈ ਸਾਰੀਆਂ, ਹੁਣ ਮੈਨੂੰ ਮੌਕੇ ਤੇ ਯਾਦ ਹੀ ਨਹੀਂ ਹੁੰਦੀਆਂ। 10-12 ਮਤਲਬ ਇਸ ਸਾਲ ਦੇ ਵਿੱਚ ਜੇ ਕੋਈ ਪੰਜਾਬੀ ਕਲਾਕਾਰ ਸਭ ਤੋਂ ਜ਼ਿਆਦਾ ਫਿਲਮਾਂ ਕਰ ਰਿਹਾ, ਉਹ ਰਾਜ ਕਰ ਰਹੀ। ਸੋ ਆਲ ਦਾ ਬੈਸਟ, ਇੱਦਾਂ ਫਿਲਮਾਂ ਕਰਦੇ ਰਹੋ, ਸਾਨੂੰ ਮਿਲਦੇ ਰਹੋ, ਥੈਂਕ ਯੂ ਸੋ ਮਚ। ਸੋ ਪੰਜਾਬੀ ਫਿਲਮਾਂ ਦੀ ਬਹੁਤ ਵਧੀਆ ਕਲਾਕਾਰਾ, ਹੌਟ ਐਂਡ ਸਲਿਮ ਟ੍ਰਿਮ, ਥੈਂਕ ਯੂ ਸੋ ਮਚ, ਨਿਹਾ ਦਿਆਲ ਮੇਰੇ ਨਾਲ ਹੈ। ਕੀ ਹਾਲ ਚਾਲ ਮੈਡਮ? ਬਹੁਤ ਵਧੀਆ ਜੀ, ਤੁਸੀਂ ਦੱਸੋ ਕਿ? ਮੈਂ ਕਹਿੰਦਾ ਸੋ ਹੂਰ ਪਰੀਆਂ ਇੱਕ ਪਾਸੇ, ਨਿਹਾ ਦਿਆਲ ਇੱਕ ਪਾਸੇ, ਕਿਆ ਤਾਰੀਫ ਕਰੂੰ ਉਸਕੀ ਜਿਸਨੇ ਤੁਮੇ ਬਣਾਇਆ। ਥੈਂਕ ਯੂ। ਕੈਮਰਾ ਬੰਦ ਕਰ ਦਈਏ। ਸਹੀ ਗੱਲ ਹੈ, ਆਪਣੇ ਤਮਾਸ਼ੇ ਕਰ ਲੈਂਦੇ ਹਾਂ, ਛੱਡੋ। ਸੋ ਕੰਗ੍ਰੈਚੁਲੇਸ਼ਨ, ਪਹਿਲਾਂ ਤਾਂ ਫਿਲਮ ਆਈ ਹੈ, ਹੈ ਨਾ, ਚੱਲ ਭੱਜ ਚੱਲੀਏ, ਉਹ ਬਹੁਤ ਵਧੀਆ ਕਿਰਦਾਰ ਤੁਹਾਨੂੰ ਦਿੰਦੇ ਆ ਚੁਣ ਕੇ। ਪਹਿਲਾਂ ਤਾਂ ਮੈਂ ਦੱਸਣਾ ਪੁੱਛਣਾ ਚਾਹੂੰਗਾ, ਨੇਹਾ ਦਿਆਲ ਨੂੰ ਇੰਡਸਟਰੀ 'ਚ ਕੌਣ ਲੈ ਕੇ ਆਇਆ ਸੀ, ਕਿੱਥੋਂ ਖੋਜ ਕਿੱਦਾਂ ਹੋਈ ਸੀ ਨੇਹਾ ਦਿਆਲ ਦੀ? ਇਹ ਵੈਸੇ ਕੁਐਸਚਨ ਕਾਫੀ ਲੋਕਾਂ ਨੇ ਪਹਿਲੇ ਵੀ ਕੀਤਾ, ਓ ਮਾਈ ਗੋਡ, ਇਹਨਾਂ ਨੂੰ ਇਹ ਕਿੱਥੋਂ ਆਏ ਨੇ, ਕਿਹੜੇ ਪਲੈਨਟ ਤੋਂ ਉਤਰੇ ਨੇ ਹੈ। ਅਤੇ ਮੈਂ ਸਾਰੀ ਆਡੀਅੰਸ ਨੂੰ ਦੱਸਦਾ ਕਿ ਆਮ ਨੋਟ ਏਲੀਅਨ, ਮੈਂ ਇਸੇ ਧਰਤੀ ਦੀ ਮਲਿਕਾ ਹਾਂ, ਅਤੇ
ਗੱਲ ਕੁਛ ਉਦੋਂ ਸ਼ੁਰੂ ਹੋਈ ਸੀ ਜਦੋਂ ਜਦੋਂ ਮੈਂ ਕਾਲਜ 'ਚ ਪੜ੍ਹਦੀ ਸੀ ਅਤੇ ਮੈਂ ਥੀਏਟਰ ਕਰਦੀ ਸੀ ਅਤੇ ਫਿਰ ਥੀਏਟਰ ਕਰਦਿਆਂ ਕਰਦਿਆਂ ਕਾਫੀ ਡਾਇਰੈਕਟਰ ਪ੍ਰੋਡਿਊਸਰਾਂ ਦੀ ਨਜ਼ਰ ਮੇਰੇ ਉੱਤੇ ਪਈ ਅਤੇ ਉਹਨਾਂ ਨੇ ਕਿਹਾ ਅਰੇ ਵਾਹ ਕਿਆ ਕਰਿਸ਼ਮਾ ਹੈ ਇਹਨੂੰ ਤਾਂ ਅਸੀਂ ਫਿਲਮਾਂ 'ਚ ਲੈਣਾ ਚਾਹਵਾਂਗੇ ਅਤੇ ਇਸ ਤਰ੍ਹਾਂ ਫਿਰ ਸ਼ੁਰੂਆਤ ਕੀਤੀ ਆਪਾਂ ਥੀਏਟਰ ਦੀ ਅਦਾਕਾਰੀ ਨੇ ਮੇਕਰਸ ਨੂੰ ਅਟਰੈਕਟ ਕੀਤਾ ਨੇਹਾ ਦਿਆਲ ਅਟਰੈਕਟ ਤਾਂ ਸਾਰੇ ਹੀ ਹੋ ਜਾਂਦੇ ਨੇ ਐਸੀ ਤਾਂ ਕੋਈ ਗੱਲ ਨਹੀਂ ਹਾਂਜੀ ਸ਼ੁਕਰ ਤੁਸੀਂ ਕਲੀਅਰ ਕਰ ਦਿੱਤਾ ਕਿ ਮੈਂ ਏਲੀਅਨ ਨਹੀਂ ਹੈਗੀ ਯੈਸ ਲੋਕਾਂ ਨੂੰ ਲੱਗਦਾ ਵੀ ਜਿਹੜਾ ਕੋਈ ਮਿਲ ਗਿਆ ਜਾਂ ਜਾਦੂ ਆ ਨਾ ਉਹਦੇ ਨਾਲ ਆਏ ਸੀ ਨਹੀਂ ਨਹੀਂ ਜਾਦੂ ਜੂਦੂ ਨਹੀਂ ਹੈ ਜਾਦੂ ਤਾਂ ਇੱਕ ਅਲੱਗ ਆਈਟਮ ਸੀ ਇਹ ਇੱਕ ਅਲੱਗ ਆਈਟਮ ਲੱਗਦੀ ਸੀ ਉਹਨਾਂ ਨੂੰ ਪਰ ਹੁਣ ਉਹਨਾਂ ਨੂੰ ਕਲੀਅਰ ਹੋ ਚੁੱਕਿਆ ਸਾਰੀ ਗੱਲ ਬਟ ਤੁਸੀਂ ਬਹੁਤ ਵਧੀਆ ਆਪਣੇ ਆਪ ਨੂੰ ਸਾਬਿਤ ਕੀਤਾ ਜਿਵੇਂ ਭਾਰਤੀ ਸਿੰਘ ਨੇ ਕੀਤਾ ਸੀ ਨਾ ਕੋਮੇਡੀ ਦੇ ਵਿੱਚ ਉਹਦੇ ਫਿਲਮਾਂ 'ਚ ਤੁਸੀਂ ਕਰ ਰਹੇ ਹੋ ਮਤਲਬ ਕਿ ਜਿਨ੍ਹਾਂ ਨੇ ਤੁਹਾਨੂੰ ਖੋਜਿਆ ਨਾ ਉਹਨਾਂ ਨੂੰ ਮੈਂ ਸਲੂਟ ਵੱਜਦਾ ਬਹੁਤ ਵਧੀਆ ਆਰਟਿਸਟ ਲੈ ਕੇ ਆਏ ਨੇ ਦੇਖੋ ਇਹ ਤਾਂ ਮੰਮਾ ਪਾਪਾ ਦੀ ਕਿਰਪਾ ਹੀ ਹੈ ਪਹਿਲੇ ਨੰਬਰ 'ਤੇ ਹੈ ਨਾ ਪਰਮਾਤਮਾ ਨੇ ਦੇਖੋ ਉਹਨਾਂ ਉਹਨਾਂ ਦੇ ਘਰ ਇੰਨੀ ਨੰਨੀ ਮੁੰਨੀ ਗੁੜੀਆ ਪਿਆਰੀ ਰਾਜ ਦੁਲਾਰੀ ਭੇਜੀ ਹੈ ਨਾ ਪਿਆਰੀ ਵਾਹ ਹਾਂ ਮੰਨਦਾ ਮੈਂ ਮਾਰ ਖਾਣੀ ਨਹੀਂ ਨਹੀਂ ਇਹ ਤੋਂ ਨਹੀਂ ਡਰਨਾ ਪਰ ਹੈਗੀ ਹੈ ਨਾ ਕਿਊਟ ਹੈ ਨਾ ਉੱਥੇ ਫਿਰ ਬਸ ਇਸ ਤਰ੍ਹਾਂ ਹੀ ਫਿਰ ਦੇਖੋ ਪਰਮਾਤਮਾ ਦੀ ਜਰਨੀ ਲਿਖੀ ਹੁੰਦੀ ਹੈ ਮਤਲਬ ਇੱਕ ਹੈ ਨਾ ਸਾਰਿਆਂ ਦੀ ਬਸ ਫਿਰ ਇਸ ਤਰ੍ਹਾਂ ਹੀ ਹੁਣ ਹੌਲੀ ਹੌਲੀ ਦੇਖਣਾ ਤੁਸੀਂ ਮੈਂ ਕਿੱਥੇ ਦੀ ਕਿੱਥੇ ਕਿੱਥੇ ਦੀ ਕਿੱਥੇ ਅਭੀ ਤੋਂ ਪਾਰਟੀ ਸ਼ੁਰੂ ਹੋਈ ਹੈ ਪਾਰਟੀ ਬਹੁਤ ਅੱਗੇ ਜਾ ਕੇ ਜਾਏਗੀ ਬਾਲੀਵੁੱਡ ਹਾਲੀਵੁੱਡ ਤੱਕ ਜਾਏਗੀ ਮੈਂ ਕਹਿੰਦੀ ਹਾਂ ਕਿ ਮੇਰਾ ਟਾਰਗੇਟ ਹੀ ਹਾਲੀਵੁੱਡ ਹੈਗਾ ਸੱਚੀ ਦੇ ਵਿੱਚ ਯੈਸ ਸੀਰੀਅਸਲੀ ਬਹੁਤ ਵਧੀਆ ਫਿਰ ਤਾਂ ਬਹੁਤ ਵਧੀਆ ਵਿਜ਼ਨ ਵਿਜ਼ਨ ਹਾਂਜੀ ਜਿੱਦਾਂ ਤੁਹਾਨੂੰ ਕਹਿੰਦੇ ਨੇ ਇੱਕ ਬਣੀ ਹੁੰਦੀ ਹੈ ਪਰਸੈਪਸ਼ਨ ਕੁੜੀਆਂ ਦੇ ਵਿੱਚ ਜਾਂ ਹੀਰੋਜ਼ ਨੂੰ ਐਕਟ੍ਰੈਸਸ ਨੂੰ ਲੈ ਕੇ ਕਿਸ ਫਿਲਮ ਟ੍ਰਿਮ ਫਿਗਰਸ ਵੈਸੀ ਜੇ ਵੋ ਤੁਹਾਨੂੰ ਵੈਸੇ ਉਸ ਵਾਸਤੇ ਕੋਈ ਉਹਦਾ ਬੈਕਲੈਸ਼ ਜਾਂ ਕੋਈ ਇੱਦਾਂ ਚੀਜ਼ ਝੇਲਣੀ ਪਈ ਸੀਗੀ ਬਹੁਤ ਜ਼ਿਆਦਾ ਝੇਲਣੀ ਬਹੁਤ ਜ਼ਿਆਦਾ ਝੇਲਣੀ ਪਈ ਆਖਿਰ ਮੈਂ ਪੰਜਾਬ 'ਚ ਹਾਂ ਮੈਂ ਇੰਡੀਆ 'ਚ ਹਾਂ ਮਤਲਬ ਇਹ ਚੀਜ਼ਾਂ ਕਿਉਂਕਿ ਬੋਡੀ ਸ਼ੇਮਿੰਗ ਇਸ ਤੋਂ ਲੱਗਦਾ ਕਿ ਨੰਬਰ 1 'ਤੇ ਆ ਨਾ ਉਹਨਾਂ ਲਈ ਕੋਮੇਡੀ ਅਗਰ ਅਸੀਂ ਦੇਖੀਏ ਤਾਂ ਉਹਨਾਂ ਨੂੰ ਲੱਗਦਾ ਕਿ ਵੀ ਬੋਡੀ ਸ਼ੇਮਿੰਗ ਨੂੰ ਕੋਮੇਡੀ ਦੇ ਟੋਪ ਦਾ ਇੱਕ ਕੰਟੈਂਟ ਮੰਨਦੇ ਨੇ ਪਰ ਇਹਨਾਂ ਨੂੰ ਥੋੜ੍ਹਾ ਜਿਹਾ ਕਰਨਾ ਚਾਹੀਦਾ ਇਹਨਾਂ ਨੂੰ ਦੂਰ ਹੈ ਨਾ ਹਾਂ ਹਾਂ ਪਰ ਚਲੋ ਕੋਈ ਗੱਲ ਨਹੀਂ ਫਿਰ ਵੀ ਦੇਖੋ ਫੈਨਸ ਆ ਰਹੇ ਨੇ ਫੈਨਸ ਆ ਰਹੇ ਫੈਨ ਫੋਲੋਇੰਗ ਆ ਰਹੀ ਆ ਰਹੀ ਅਤੇ ਹਾਂ ਕਿ ਆਪਾਂ ਕੀ ਗੱਲ ਕਰ ਰਹੇ ਸੀਗੇ ਕਿ ਹਾਂ ਬੋਡੀ ਸ਼ੇਮਿੰਗ ਵੀ ਹਾਂ ਉਹ ਤਾਂ ਦੇਖੋ ਚੱਲਣਾ ਹੀ ਪਿਆ ਪਰ ਫਿਰ ਵੀ ਮੈਨੂੰ ਲੱਗਦਾ ਕਿ ਮੇਨ ਚੀਜ਼ ਹੈ ਨਾ ਕਿ ਕਿਸੇ ਵੀ ਇਨਸਾਨ ਦੇ ਵਿੱਚ ਉਹ ਕੋਨਫੀਡੈਂਸ ਕਿ ਜੇ ਤੁਹਾਡੇ ਅੰਦਰ ਕੋਈ ਵੀ ਟੈਲੈਂਟ ਹੈ ਨਾ ਜੇ ਤੁਸੀਂ ਕੋਨਫੀਡੈਂਟਲੀ ਕੁਛ ਵੀ ਕਰਦੇ ਹੋ ਫਿਰ ਤੁਹਾਡੀ ਬੋਡੀ ਤੁਹਾਡਾ ਕਲਰ ਸਾਈਜ਼ ਕੁਛ ਵੀ ਮੈਟਰ ਨਹੀਂ ਕਰਦਾ ਕਲਾ ਮੈਟਰ ਕਰਦੀ ਟੈਲੈਂਟ ਤਾਂ ਉਹ ਤੁਸੀਂ ਫਿਰ ਦੇਖ ਹੀ ਰਹੇ ਹੋ ਬਿਲਕੁਲ ਦੇਖ ਰਹੇ ਹਾਂ ਬਹੁਤ ਜ਼ਿਆਦਾ ਤੁਹਾਨੂੰ ਜਿਹੜੇ ਕਿਰਦਾਰ ਔਫਰ ਕੀਤੇ ਜਾਂਦੇ ਨਾ ਹੁਣ ਤਾਂ ਪਹਿਲਾਂ ਇੱਕ ਟਾਈਮ ਹੁੰਦਾ ਹੋਣਾ ਕਿ ਚੱਲ ਆ ਕਿਰਦਾਰ ਆ ਕੁੜੀ ਨੂੰ ਲੈ ਲਓ ਹੁਣ ਮੈਂ ਕਹਿੰਦਾ ਸਕ੍ਰਿਪਟ ਲਿਖਦੇ ਹਾਂ ਰਾਈਟਰ ਦੇ ਦਿਮਾਗ 'ਚ ਜਾਂ ਡਾਇਰੈਕਟਰ ਦਿਮਾਗ 'ਚ ਹੋਣਾ ਯਾਰ ਇਹ ਕਿਰਦਾਰ ਲਈ ਨੇਹਾ ਦਿਆਲ ਫਿੱਟ ਬੈਠੇਗੀ ਹੁਣ ਉਹ ਟਾਈਮ ਆ ਗਿਆ ਬਸ ਆ ਹੀ ਗਿਆ ਹੁਣ ਤਾਂ ਉਹ ਟਾਈਮ ਆ ਅਤੇ ਹੌਲੀ ਹੌਲੀ ਤੁਸੀਂ ਹੋਰ ਵੇਖੋਗੇ ਕਿ ਟਾਈਮ ਕਿੱਥੇ ਦਾ ਕਿੱਥੇ ਜਾਣਾ ਦਿਨ ਦੇ ਕਿੰਨੇ ਕੁ ਪ੍ਰਪੋਜ਼ ਆ ਜਾਂਦੇ ਨੇ ਇਹੋ ਜਿਹੀ ਗੱਲਾਂ ਮੈਂ ਕੈਮਰੇ ਦੇ ਸਾਹਮਣੇ ਨਹੀਂ ਦੱਸ ਸਕਦੀ ਪਲੀਜ਼ ਯਾਰ ਇੱਦਾਂ ਦੀ ਮੈਨੂੰ ਨਾ ਸਵਾਲ ਜਵਾਬ ਨਾ ਸ਼ਰਮ ਆ ਰਹੀ ਹੈ ਇਹ ਵੇਖੋ ਕਿੰਨੀ ਮਿਸ ਕਾਲਾਂ ਮਾਰਦੇ ਪਏ ਲੋਕ ਤੰਗ ਨਾ ਕਰੋ ਫਿਲਹਾਲ ਐਂ ਕੱਟ ਦੇਣਾ ਪਲੀਜ਼ ਕੁੱਟਣਾ ਕੁਛ ਨਹੀਂ 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 ਆਪਾਂ ਕੁਛ ਗਲਤ ਤਾਂ ਬੋਲਿਆ ਹੀ ਨਹੀਂ ਸੱਚ ਹੈ ਜੋ ਸੱਚ ਫੈਨ ਫੋਲੋਇੰਗ ਹੈ ਪਰ ਕੀ ਕਰ ਸਕਦੇ ਹਾਂ ਹੁਣ ਮੈਂ ਤਾਂ ਆਪ ਤੰਗ ਹਾਂ ਹਰ ਮਹੀਨੇ ਮਤਲਬ ਦੋ ਵਾਰੀ ਮੈਂ ਨੰਬਰ ਚੇਂਜ ਕਰ ਲੈਂਦੀ ਹਾਂ ਪਤਾ ਨਹੀਂ ਕਿੱਥੋਂ ਲੋਕ ਨੰਬਰ ਲੈ ਲੈਂਦੇ ਆ
ਖੁਸਣ ਚੜਿਆ ਨਹੀਂ ਜਾਂਦਾ ਲੋਕਾਂ ਨੂੰ, ਚਲੋ ਕੀ ਕਰ ਸਕਦੇ ਹਾਂ। ਮੈਂ ਕਹਿੰਦਾ ਤੁਹਾਡੀ ਫੈਨ ਫੋਲੋਇੰਗ ਸੱਚੀ ਰੀਅਲ ਦੇ ਵਿੱਚ ਕਹਿ ਰਿਹਾ ਦੇਖਿਆ ਪ੍ਰੋਮਿਸ ਹੋ ਗਿਆ ਕੈਮਰੇ ਤੇ ਕਹਿਤਾ, ਦੱਸੋ ਐ ਕੋਈ ਝੂਠੀ ਗੱਲ ਹੋ ਸਕਦੀ? ਤੁਸੀਂ ਆਪ ਕਿਉਂ ਨਹੀਂ ਬੋਲਦੇ ਪਏ? ਤੁਸੀਂ ਨਹੀਂ ਬੋਲ ਸਕਦੇ? ਕਹਿੰਦੇ ਕਿਉਂ ਨਹੀਂ ਕੁਛ? ਇੱਕ ਵਾਰੀ ਕਹਿ ਦੋ ਹਾਏ ਹੈਲੋ। ਤੁਹਾਡਾ ਗਲੈਮਰ ਇੰਨਾ ਉਹ ਬੋਲਿਆ ਨਹੀਂ ਜਾ ਰਿਹਾ। ਚਲੋ ਕੋਈ ਗੱਲ ਨਹੀਂ, ਫਿਰ ਮੈਂ ਮਾਫ਼ ਕੀਤਾ। ਸੋ ਥੈਂਕ ਯੂ ਸੋ ਮਚ ਮੈਮ, ਥੈਂਕ ਯੂ ਸੋ। ਫਿਲਮ ਚੱਲ ਪਾ ਚੱਲੀਏ ਰਿਲੀਜ਼ ਹੋ ਚੁੱਕੀ ਹੈ। ਸੋ ਪਿੰਡ ਦੋ ਪਿੰਡਾਂ ਦੀ ਕਹਾਣੀ ਦਿਖਾਈ ਗਈ ਹੈ। ਸੋ ਇੱਕ ਪਿੰਡ ਦੇ ਵਿੱਚ ਨਿਰਮਲ ਰਿਸ਼ੀ ਜੀ ਨੇ, ਦੂਸਰੇ ਪਿੰਡ ਦੇ ਵਿੱਚ ਸਰਦਾਰ ਸੋਈ ਨੇ, ਅਤੇ ਦੂਸਰੇ ਪਿੰਡ ਦੇ ਜਿਹੜੇ ਸਰਪੰਚ ਸਾਹਿਬ ਨੇ ਉਹ ਮੇਰੇ ਨਾਲ ਬੈਠੇ ਨੇ। ਸਰ ਪਹਿਲਾਂ ਤਾਂ ਵੈਲਕਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਬਹੁਤ ਹੀ ਵਧੀਆ ਮੈਸੇਜ ਵਾਲੀ ਇੱਕ ਫਿਲਮ ਲੈ ਕੇ ਆ ਰਹੇ ਹੋ ਕਿ ਦੋ ਪਿੰਡਾਂ ਦੇ ਵਿੱਚ ਜਾਂ ਪਿੰਡਾਂ 'ਚ ਉਹ ਜੋ ਨਹੀਂ ਹੋਣਾ ਚਾਹੀਦਾ, ਕਿ ਇੱਕੋ ਹੀ ਪਿੰਡ ਦੇ ਵਿਆਹ ਜਿਹੜੇ ਆ ਉਹ ਨਹੀਂ ਹੋਣੇ ਚਾਹੀਦੇ, ਉਹਦੇ ਪਿੱਛੇ ਇੱਕ ਜਿਹੜਾ ਫੈਕਟ ਜਿਹੜਾ ਹੈ ਜੁੜਿਆ ਉਹ ਦਿਖਾਇਆ ਗਿਆ ਫਿਲਮ 'ਚ। ਜੀ ਜੀ ਬਿਲਕੁਲ ਬਿਲਕੁਲ। ਮੈਂ ਇਹ ਜਦੋਂ ਫਿਲਮ ਮੈਨੂੰ ਸੁਣਾਈ, ਮੈਂ ਝਿਜਕ ਰਿਹਾ ਸੀ। ਮੈਂ ਕਿਹਾ ਯਾਰ ਇਹੋ ਜਿਹੇ ਡਾਇਲੋਗ ਮੈਂ ਬੋਲੂੰਗਾ, ਅਸੀਂ ਉਹਦੀ ਕੁੜੀ ਭਿਆ ਕੇ ਲੈ ਕੇ ਜਾਵਾਂਗੇ, ਉਹ ਕਰਾਂਗੇ। ਮੈਂ ਕਿਹਾ ਮੈਨੂੰ ਚੰਗਾ ਨਹੀਂ ਲੱਗਦਾ। ਪਰ ਜਦੋਂ ਮੈਂ ਪਿੰਡ ਜਾ ਕੇ ਪਤਾ ਕੀਤਾ, ਉਹ ਕਹਿੰਦੇ ਆਪਣੇ ਨਾਲ ਦੇ ਪਿੰਡਾਂ 'ਚ ਆਹ ਕੁਛ ਹੋ ਰਿਹਾ, ਪਿੰਡਾਂ 'ਚ ਹੋ ਰਿਹਾ, ਦੂਜੇ ਪਿੰਡ ਦੇ ਤਾਂ ਚਲੋ ਠੀਕ ਹੈ, ਪਿੰਡ ਦੇ ਮੁੰਡੇ ਪਿੰਡ ਦੀ ਕੁੜੀ ਨਾਲ ਵਿਆਹ ਕਰਾਉਣ ਲੱਗ ਗਏ। ਹਾਂ, ਉਹ ਪੁਲਿਸ ਵਾਲੇ ਆਪ ਘਰ ਛੱਡ ਕੇ ਗਏ, ਆ ਲਓ ਜੀ ਤੁਹਾਡੇ ਮੁੰਡਾ ਕੁੜੀ ਕੋਰਟ ਮੈਰਿਜ ਕਰਕੇ ਆਏ ਨੇ, ਇੱਥੇ ਰਹਿਣਗੇ, ਇਹਨਾਂ ਨੂੰ ਕੋਈ ਤੰਗ ਨਹੀਂ ਕਰੂਗਾ, ਕਰ ਲਓ ਗੱਲ। ਇਹਦੇ ਵਿੱਚ ਰੀਜ਼ਨ ਇਹ ਹੈ ਕਿ ਬਲੱਡ ਲਾਈਨ ਦੇ ਵਿੱਚ ਕਾਫੀ ਉਹ ਫਿਰ ਬਾਅਦ 'ਚ ਫਰਕ ਪੈਂਦਾ ਨਾ। ਉਹ ਲਾਜ਼ਮੀ ਹੈ, ਉਹ ਸਿਆਣੇ ਬੰਦੇ ਬਹੁਤ ਕੁਛ ਕਹਿ ਗਏ। ਓਸ਼ੋ ਨੇ ਕਿਹਾ ਕਿੰਨੀ ਥਾਂ 'ਤੇ, ਓਸ਼ੋ ਕਹਿੰਦਾ ਆਪਾਂ ਗੱਲਾਂ ਕਰਦੇ ਕਰਦੇ ਕਹਿੰਦੇ ਆ ਯਾਰ ਇਹ ਬੰਦਾ ਤੇਜ਼ ਬੰਦੇ ਨੂੰ ਕਹਿੰਦੇ ਆਪਾਂ, ਇਹ ਬੜਾ ਹਰਾਮੀ ਹੈ। ਉਹਦਾ ਮਤਲਬ ਇਹ ਕਿ ਬਹੁਤ ਇੰਟੈਲੀਜੈਂਟ, ਜਿਹੜਾ ਦੂਰ ਦੂਰ ਸ਼ਾਦੀਆਂ ਹੁੰਦੀਆਂ ਨੇ ਉਹਨਾਂ ਦੇ ਬੱਚੇ ਬਹੁਤ, ਜਿਵੇਂ ਜਾਨਵਰਾਂ ਦੇ ਲਾ ਲਓ, ਜਿਹੜੀ ਕ੍ਰੋਸ ਬਰੀਡਿੰਗ ਹੁੰਦੀ ਹੈ, ਉਹ ਜਾਨਵਰ ਤਕੜੇ ਹੁੰਦੇ ਨੇ, ਉਹ ਸਿਆਣੇ ਹੁੰਦੇ ਨੇ, ਉਹ ਕੁੱਤਿਆਂ ਦੀ ਬਰੀਡ ਇੱਦਾਂ ਪੈਦਾ ਕੀਤੀ ਜਾਂਦੀ ਹੈ, ਉਹ ਹੁੰਦੀ ਹੈ। ਉਹ ਕਹਿੰਦਾ ਅਸੀਂ ਪਸ਼ੂ ਤਾਂ ਵਧੀਆ ਬਣਾਈ ਜਾਂਦੇ ਹਾਂ, ਇਨਸਾਨ ਹੀ ਵਧੀਆ ਬਣਾ ਸਕਦੇ, ਦੂਰ ਦੂਰ ਸ਼ਾਦੀਆਂ ਕਰੋ, ਕਿੰਨੇ ਰੋਗਾਂ ਤੋਂ ਬਚੋਗੇ ਤੁਸੀਂ, ਰੋਗ ਨਹੀਂ ਲੱਗਦੇ ਨਾਲੇ ਉੱਥੋਂ ਦੀ ਕੁਆਲਿਟੀਜ਼ ਜਿਹੜੀਆਂ ਉਹ ਆਦਮੀ ਹੈ। ਤੁਸੀਂ ਇੱਕ ਨਵੇਂ ਸੱਭਿਆਚਾਰ ਤੋਂ ਮੁੰਡਾ ਕੁੜੀ, ਉਹ ਉਹਦਾ 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 ਸੱਭਿਆਚਾਰ ਹੋ ਰਿਹਾ, ਉਹਦਾ ਹੋ ਰਿਹਾ, ਉਹ ਤੋਂ ਸਿੱਖਦਾ ਕੁਛ ਨਵਾਂ, ਉਹ ਤੋਂ ਨਵਾਂ ਕੁਛ ਸਿੱਖਦਾ, ਇਹ ਚੀਜ਼ਾਂ ਵਧੀਆ ਹੁੰਦੀਆਂ ਨੇ। ਸੋ ਇਸ ਤਰ੍ਹਾਂ ਦਾ ਕੁਛ ਇਹ ਲੋਕਾਂ ਨੂੰ ਜਾਗਰਿਤ ਕਰਨ ਵਾਲਾ ਹੈ। ਪਰ ਹਾਲਾਂਕਿ ਦੋ ਤਕਰ ਸਰਪੰਚਾਂ ਦੀ ਤਕਰਾਰ ਸੀ, ਪਰ ਸਰਪੰਚ ਦੇ ਜਿਹੜਾ ਨੇਚਰ ਆ ਉਹ ਬਹੁਤ ਵਧੀਆ ਸੀ, ਕਿ ਕੋਈ ਗਰੀਬ ਕੋਈ ਪਿੰਡ ਦਾ ਆ ਰਿਹਾ ਵਾ ਆਪਣੀ ਕੁੜੀ ਦੇ ਵਿਆਹ ਲਈ ਮਦਦ ਕਰ ਰਿਹਾ ਸਰਪੰਚ। ਹਾਂ ਨਹੀਂ ਨਹੀਂ ਉਹ ਦੇਖੋ, ਉਹ ਜਿਹੜੀਆਂ ਆਪਣੀ ਆਪਣਾ ਸਮਾਜ ਹੈ ਨਾ, ਉਹਦਾ ਤਾਣਾ ਬਾਣਾ ਤਾਂ ਬਹੁਤ ਬਹੁਤ ਵਧੀਆ ਆਪਣਾ ਆਪਣਾ। ਵੈਸੇ ਵੀ ਅਸੀਂ ਬਹੁਤ ਇਮੋਸ਼ਨਲ ਆ, ਬਾਹਰ ਜਿਵੇਂ ਕਹਿ ਦਿੰਦੇ ਆ ਕਿ ਬੱਚੇ ਥੋੜ੍ਹੇ ਜਿਹੇ ਵੱਡੇ ਹੋਏ, ਚਲੋ ਬਈ ਤੁਸੀਂ ਆਪਣਾ ਕਮਾਓ ਖਾਓ, ਸਾਨੂੰ ਕੋਈ ਲੈਣ ਦੇਣ ਨਹੀਂ, ਨਾ ਤਾਂ ਉਹਨਾਂ ਨੇ ਮਾਂ ਬਾਪ ਨੂੰ ਮੁੜ ਕੇ ਪੁੱਛਣਾ, ਨਾ ਮਾਂ ਬਾਪ ਨੇ ਉਹਨਾਂ ਦਾ ਕੁਛ ਪੁੱਛਣਾ। ਠੀਕ ਹੈ, ਤੁਸੀਂ ਆਪਣੇ ਘਰ ਖੁਸ਼ ਹੋ, ਅਸੀਂ ਆਪਣੇ ਘਰ ਖੁਸ਼ ਹਾਂ। ਔਰ ਆਪਣੇ ਇੱਥੇ ਦਾਦਾ ਨਾਨਾ ਉਹ ਦੋਹਤਿਆਂ ਪੋਤਿਆਂ ਤੱਕ ਫਿਕਰ ਰੱਖਦਾ,
ਉਹ ਮੇਰੇ ਯਾਦ ਹੈ ਅਸੀਂ ਇੱਧਰ ਇੱਕ ਸਰਹੰਦ ਵੱਲ ਸ਼ੂਟਿੰਗ ਕਰ ਰਹੇ ਸੀ, ਇੱਕ ਬਜ਼ੁਰਗ ਉਹ ਥੋੜ੍ਹਾ ਜਿਹਾ ਮਤਲਬ ਸਾਨੂੰ ਸ਼ੂਟਿੰਗ ਕਰਨ ਵਾਲਿਆਂ ਨੂੰ ਅਸੀਂ ਖਿੱਝ ਰਹੇ ਸੀ ਵੀ ਯਾਰ ਕੋਲੇ ਬੈਠਾ ਬੋਲੀ ਜਾਂਦਾ ਉਹ ਕਰਦਾ, ਮੈਂ ਬਹਾਨੇ ਨਾਲ ਉਹਨੂੰ ਕਿਹਾ ਵੀ ਬਜ਼ੁਰਗੋ ਜਾ ਕੇ ਸੌਂ ਜਾਓ, ਤੁਸੀਂ ਮੁੰਡੇ ਨੂੰ ਭੇਜ ਦਿਓ ਇੱਥੇ ਉਹ ਬੈਠ ਜੂਗਾ, ਜੇ ਪੁੱਛੀ ਮਤਲਬ ਨਿਗ੍ਹਾ ਰੱਖਣੀ ਹੈ ਵੀ ਸਾਡੀ ਕੋਈ ਚੀਜ਼ ਇੱਧਰ ਉੱਧਰ ਨਾ ਹੋ ਜਾਵੇ। ਤਾਂ ਬੁੜਾ ਮੇਰੇ ਗਲ ਪੈ ਗਿਆ, ਲੈ ਮੈਂ ਬੱਚਿਆਂ ਨੂੰ ਕਿਉਂ ਉਠਾਵਾਂ, ਹਾਂ ਉਹ ਸੌਣ ਦਿਓ ਉਹਨਾਂ ਨੂੰ, ਮੈਂ ਬੈਠਾ ਨਾ, ਮੈਂ ਕਹਿ ਲਓ ਕਰ ਲਓ ਗੱਲ। ਉਹ ਇਹ ਹੈ ਕਿ ਬਜ਼ੁਰਗ ਜਿੰਨੀ ਦੇਰ ਤੱਕ ਉਹਨਾਂ ਦੇ ਨੈਣ ਪ੍ਰਾਣ ਚੱਲਦੇ ਨੇ ਉਹ ਆਪਦੇ ਬੱਚਿਆਂ ਨੂੰ ਹਰ ਤਰ੍ਹਾਂ ਦਾ ਸੁੱਖ ਦੇਣਾ ਚਾਹੁੰਦੇ ਆ, ਆਪ ਬੇਸ਼ੱਕ ਔਖਿਆਈ ਕਰ ਲੈਣਗੇ। ਹਾਂ, ਸੋ ਇਹ ਆਪਣਾ ਆਪਣਾ ਕਲਚਰ ਹੈ ਆਪਣਾ ਸਮਾਜ ਦਾ, ਪਰ ਜਿਹੜੇ ਆ ਨਵਾਂ ਕੁਛ ਹੋਣ ਲੱਗ ਗਿਆ ਇਹ ਕਲਚਰ ਨਹੀਂ ਆਪਣਾ, ਇਹ ਕਲਚਰ ਆਪਣੇ ਨਾ 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 ਆਪਣੇ। ਮੇਰੇ ਯਾਦ ਹੈ ਅਸੀਂ ਇੱਥੇ ਹੀ ਸ਼ੂਟਿੰਗ ਕਰਦੇ ਸੀ ਚੰਡੀਗੜ੍ਹ, ਐੱਮ ਐੱਲ ਏ ਦਾ ਹੋਸਟਲ 'ਚ ਰੁਕੇ ਹੋਏ ਸੀ ਅਸੀਂ, ਉੱਥੇ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਗੀਤਕਾਰ ਉਹ ਵੀ ਬੈਠੇ ਸੀ, ਬੈਠੇ ਅਸੀਂ ਬੈਠੇ ਬੈਠੇ ਗੱਲਾਂ ਚੱਲ ਪਈਆਂ ਪੁਰਾਣੇ ਜ਼ਮਾਨੇ ਦੀਆਂ। ਮਾਨ ਸਾਹਿਬ ਕਹਿੰਦੇ ਸੋਹੀ ਉਹ ਕਿੱਧਰ ਗਿਆ ਜ਼ਮਾਨਾ ਜਦੋਂ ਪਿੰਡ ਦੀ ਕੁੜੀ ਬੁੜੀ ਹੋਈ ਵੀ ਘਰ ਆਉਂਦੀ ਸੀ ਨਾ ਆਪਦੇ ਪੇਕੇ ਘਰ, ਤਾਂ ਉਦੋਂ ਜਿਹੜੇ ਪਿੰਡ ਦੇ ਬਜ਼ੁਰਗ ਬੈਠੇ ਹੁੰਦੇ ਸੀ ਉਹਦੇ ਉੱਠ ਕੇ ਸਿਰ 'ਤੇ ਹੱਥ ਰੱਖਦੇ ਸੀ। ਉਹ ਜ਼ਮਾਨਾ ਕਿੱਧਰ ਗਿਆ ਕਿਹਾ ਕਿ ਰੋ ਪਏ ਉਹ ਇੰਨੇ ਇਮੋਸ਼ਨਲ ਹੋ ਗਏ। ਸੋ ਉਹ ਗੱਲਾਂ ਹੁਣ ਅਸੀਂ ਕਿੱਥੇ ਉਮੀਦ ਕਰਦੇ ਹਾਂ ਇਹ ਹੋਣ ਦੀ, ਜਦੋਂ ਪਿੰਡ ਦੇ ਮੁੰਡੇ ਪਿੰਡ ਦੀਆਂ ਕੁੜੀਆਂ ਨਾਲ ਵਿਆਹ ਕਰਾਉਣ ਲੱਗ ਗਏ, ਫਿਰ ਇਹ ਉਮੀਦਾਂ ਕਿੱਥੇ ਨਾ। ਪਰ ਤੁਸੀਂ ਆਪਣੇ ਕਿਰਦਾਰਾਂ ਰਾਹੀਂ ਫਿਲਮਾਂ ਰਾਹੀਂ ਇਹੋ ਜਿਹਾ ਸੰਦੇਸ਼ ਲੋਕਾਂ ਨੂੰ ਦੇ ਰਹੇ ਹੋ, ਮੈਸੇਜ ਹੈ ਬਹੁਤ ਵਧੀਆ ਇਹਦੇ 'ਚ ਫਿਲਮ 'ਚ, ਇਸ ਕਰਕੇ ਇਹ ਫਿਲਮ ਇਹ ਫਿਲਮ ਉਕਸਾ ਥੋੜ੍ਹੇ ਰਹੀ ਹੈ ਵੀ ਇਹੋ ਜਿਹੇ ਵਿਆਹ ਕਰੋ ਨਾ, ਉਲਟਾ ਸਮਝਾ ਰਹੀ ਹੈ ਵੀ ਨਹੀਂ। ਵੈਸੇ ਇੱਕ ਸਵਾਲ ਤੁਹਾਨੂੰ ਬਣਦਾ ਵੀ ਤੁਸੀਂ ਇੰਨੀਆਂ ਫਿਲਮਾਂ 'ਚ ਸਰਪੰਚ ਦਾ ਕਿਰਦਾਰ ਕਰ ਲਿਆ, ਹੁਣ ਪਿੰਡ ਜਾ ਕੇ ਲੋਕ ਕਹਿੰਦੇ ਨੇ ਵੀ ਤੁਹਾਨੂੰ ਸਰਪੰਚੀ ਦਾ ਐਕਸਪੀਰੀਅੰਸ ਹੈ, ਹੁਣ ਪਿੰਡ ਦੀ ਸਰਪੰਚੀ ਲੈ ਲਓ। ਉਹ ਤਾਂ ਦੇਖੋ ਜਿਹੜਾ ਬੰਦਾ ਬੁਲਾਰਾ ਚੰਗਾ ਹੁੰਦਾ ਨਾ, ਮੈਂ ਆਪਣੇ CM ਸਾਹਿਬ ਦੀ ਇਲੈਕਸ਼ਨ ਕੰਪੇਨ ਕਰਦਾ ਸੀ ਪਹਿਲੀ ਵਾਰੀ ਜਦੋਂ ਗਏ ਪਾਰਲੀਮੈਂਟ 'ਚ ਗਏ ਆ, ਤਾਂ ਮਲੇਰਕੋਟਲੇ ਤੋਂ ਇੱਕ ਮੀਆਂ ਬਾਈ ਮੇਰੇ ਨਾਲ ਬੈਠਾ, ਉਹ ਵੀ ਨਾਲ ਬੋਲਦਾ ਸੀ, ਮੈਨੂੰ ਕਹਿੰਦਾ ਦੋਈ ਸਾਹਿਬ ਤੁਸੀਂ ਬਹੁਤ ਸੋਹਣਾ ਬੋਲਦੇ ਹੋ, ਅਗਲੀ ਵਾਰੀ ਤੁਸੀਂ MLA ਦੇ ਉਹਦੇ ਬਾਅਦ ਟਿਕਟ ਲੈ ਲਓ, ਮੈਂ ਵੋਟਾਂ ਮਲੇਰਕੋਟਲੇ ਦੀਆਂ ਮੈਂ ਪਵਾਊਂਗਾ ਵਗੈਨਾ ਇਹਨੇ ਭਰਾਵਾ। ਇਹ ਤੁਹਾਨੂੰ ਆ ਜਿਹੜੀ ਪਾਰਟੀ ਮੌਜੂਦ ਹੈ ਇਹਨਾਂ ਵੱਲੋਂ ਆਫਰ, ਹਾਂ ਕੋਈ ਕੈਂਡੀਡੇਟ ਸੀ ਕੋਈ ਸ਼ਖਸ ਸੀ ਉਹਨਾਂ ਵੱਲੋਂ? ਹਾਂ ਨਹੀਂ ਮੈਂ ਹੱਥ ਬੰਨ ਕੇ ਮੈਂ ਕਿਹਾ ਨਹੀਂ ਇਹ ਮੇਰੇ ਵੱਸ ਦੀ ਗੱਲ ਨਹੀਂ, ਮੈਂ ਐਜ਼ ਐਨ ਐਕਟਰ ਹੀ ਜਿਉਣਾ ਚਾਹੁੰਦਾ। ਜਿਹੜੀ ਡਿਊਟੀ ਰੱਬ ਨੇ ਲਾਈ ਹੈ ਉਹ ਵਧੀਆ ਉਹ 'ਚ। ਇੱਕ ਤੁਹਾਨੂੰ ਮੈਂ ਲਾਸਟ ਸਵਾਲ, ਮੈਂ ਚਾਹੁੰਦਾ ਤੁਹਾਡੇ ਨਾਲ ਗੱਲ ਕਰਦਾ, ਮੇਰੀ ਦੂਸਰੀ ਕਨਵਰਸੇਸ਼ਨ ਤੁਹਾਡੇ ਨਾਲ, ਮੈਂ ਤੁਹਾਨੂੰ ਬਹੁਤ ਹੀ ਇੱਕ ਸੁਲਝਿਆ ਹੋਇਆ ਔਰ ਪੜ੍ਹਿਆ ਲਿਖਿਆ ਕਲਾਕਾਰ ਪਾਇਆ ਕਿ ਜਿਹੜਾ ਬੰਦਾ ਕਿਤਾਬਾਂ ਬਹੁਤ ਪੜ੍ਹਿਆ ਹੋਇਆ। ਤੁਸੀਂ ਮੈਨੂੰ ਲੱਗਦਾ ਬਹੁਤ ਜ਼ਿਆਦਾ ਪੜ੍ਹੇ ਹੋ, ਤੁਸੀਂ ਉਸ ਦਾ ਜ਼ਿਕਰ ਕੀਤਾ ਜਿਹੜਾ ਆਖਰੀ ਇੰਟਰਵਿਊ ਜਦੋਂ ਅਸੀਂ ਕੀਤੀ, ਤੁਸੀਂ ਬਹੁਤ ਸਾਰੇ ਹੋਰ ਵੀ ਵਿਦਵਾਨਾਂ ਦੀ ਔਰ ਐਸੀ ਗੱਲਾਂ ਜਿਹੜੀਆਂ ਕੀਤੀਆਂ ਕਿਤਾਬਾਂ 'ਚ ਮਿਲਦੀਆਂ ਨੇ, ਤੁਸੀਂ ਬਹੁਤ ਜ਼ਿਆਦਾ ਪੜ੍ਹਦੇ ਹੋ ਨਾ? ਇਹ ਦੇਖੋ 12 ਸਾਲ ਥੀਏਟਰ ਕੀਤਾ ਮੈਂ, ਮੇਰੇ ਉਸਤਾਦ ਦੋਵੇਂ ਹਰਪਾਲ ਟਿਵਾਣਾ ਨੀਨਾ ਟਿਵਾਣਾ ਨੈਸ਼ਨਲ ਸਕੂਲ ਆਫ ਡਰਾਮਾ ਦੇ ਸਟੂਡੈਂਟ ਰਹੇ ਨੇ, ਅਤੇ ਉਹਨਾਂ ਕੋਲ ਤਾਂ ਹਰ ਵੇਲੇ ਸਿੱਖਣ ਨੂੰ ਹੀ ਮਿਲਦਾ ਸੀ। ਉਹਨਾਂ ਨਾਲ ਰਹਿਣ ਕਰਕੇ ਮੈਂ ਵੱਡੇ ਵੱਡੇ ਜਿਹੜੇ ਬੁੱਧੀਜੀਵੀ ਇੰਟਲੈਕਚੁਅਲ ਬੰਦੇ ਉਹਨਾਂ ਨਾਲ ਉਹਨਾਂ ਦੀ ਸੰਗਤ ਹੁੰਦੀ ਰਹੀ ਹੈ, ਉਹ ਸੰਗਤ ਦਾ ਰੰਗ ਤਾਂ ਚੜ੍ਹਦਾ ਹੀ ਹੁੰਦਾ। ਇਹ ਬਹੁਤ ਫਰਕ ਹੁੰਦਾ ਤੁਸੀਂ
ਮੇਰੇ ਮਾਪੇ ਵੀ ਬਹੁਤ ਪਿਆਰੇ, ਬਹੁਤ ਸਿਆਣੇ, ਬਹੁਤ ਮੇਰੇ ਫਾਦਰ ਸਾਹਿਬ ਉਰਦੂ ਫਾਰਸੀ ਪੜ੍ਹੇ ਹੋਏ ਸੀ ਦੋਵੇਂ ਹੀ। ਹਾਂ, ਤੋ ਇਸ ਕਰਕੇ ਉਹ ਤਾਂ ਜਿਹੜਾ ਹੁੰਦਾ ਨਾ ਤੁਹਾਡਾ ਖਾਨਦਾਨੀ ਰੰਗ ਜਿਹੜਾ ਲਹੂ ਦਾ ਹੁੰਦਾ ਤੁਹਾਡੇ ਬਲੱਡ ਦਾ, ਉਹ ਤੁਹਾਡੇ ਬ੍ਰੇਨ 'ਚ, ਤੁਹਾਡੇ ਦਿਲ ਦਿਮਾਗ 'ਚ ਉਹ ਤਾਂ ਲਾਜ਼ਮੀ ਉਹਦਾ ਅਸਰ ਰਹਿੰਦਾ ਹੁੰਦਾ, ਉਹ ਹੈਗਾ ਅਤੇ ਉਹ ਝਲਕਦਾ ਵੀ ਹੁੰਦਾ ਜਦੋਂ ਬੰਦਾ ਗੱਲ ਕਰਦਾ। ਇਹ ਖਾਨਦਾਨੀ ਵੀ ਔਰ ਚੰਗੀ ਸੰਗਤ ਵੀ ਹੈ। ਸੋ ਸਰ ਧੰਨਵਾਦ ਬਹੁਤ ਬਹੁਤ। ਫਿਲਮ ਜਿਹੜੀ ਚੱਲ ਪਾ ਚੱਲੀ ਹੈ ਤੁਸੀਂ ਕੀਤੀ ਹੈ, ਮੈਂ ਦਰਸ਼ਕਾਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਕਿ ਫਿਲਮ ਬਹੁਤ ਸੋਹਣੀ ਬਣੀ ਹੈ, ਆਪਣੇ ਬੱਚਿਆਂ ਨੂੰ ਪੂਰੇ ਪਰਿਵਾਰ ਨੂੰ ਬਜ਼ੁਰਗਾਂ ਨੂੰ ਨਾਲ ਲੈ ਕੇ ਫਿਲਮ ਦੇਖਣ ਆਓਗੇ ਤੁਸੀਂ, ਪੂਰੇ ਖੁਸ਼ ਜਾਓਗੇ ਘਰ ਨੂੰ। ਤੁਹਾਡਾ ਇਹ ਨਹੀਂ ਕਿ ਪੈਸਾ ਵਸੂਲ ਹੋਰ ਹੁੰਦਾ, ਪੈਸਾ ਵਸੂਲ ਦੇ ਨਾਲ ਨਾਲ ਕੁਛ ਗੱਲਾਂ ਸੋਹਣੀਆਂ ਘਰ ਨੂੰ ਯਾਦਾਂ ਲੈ ਕੇ ਜਾਓਗੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਔਰ ਅਗਲੀ ਫਿਲਮਾਂ ਜਿਹੜੀਆਂ ਨੇ ਉਹਦੇ 'ਤੇ ਆਪਾਂ ਮਿਲਾਂਗੇ, ਪਰ ਫਿਲਹਾਲ ਲੋਕਾਂ ਨੂੰ ਇਹ ਕਹਿੰਦੇ ਹਾਂ ਕਿ ਚੱਲ ਪਾ ਚੱਲੀਏ, ਜ਼ਰੂਰ ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। ਸੋ ਸਕਰੀਨਿੰਗ ਕਾਫੀ ਮਜ਼ੇਦਾਰ ਸੀ। ਇੰਦਰ ਸ਼ਾਹ, ਨੇਹਾ ਦਿਆ, ਰਾਜ ਤਾਲੀਵਾਲ, ਸਰਦਾਰ ਸੋਹੀ, ਅਲੀ ਸ਼ਾਹ ਅਤੇ ਬਾਕੀ ਕਲਾਕਾਰ ਜਿਵੇਂ ਦਾਰ ਗਿੱਲ, ਉਹ ਵੀ ਪਹੁੰਚੇ ਕਿਉਂਕਿ ਫਿਲਮ ਦਾ ਅਹਿਮ ਹਿੱਸਾ ਨੇ। ਸਾਰੇ ਦੋ ਪਿੰਡਾਂ ਦੀ ਕਹਾਣੀ ਦਿਖਾਈ ਗਈ ਹੈ, ਤਕਰਾਰ ਦਿਖਾਈ ਗਈ ਹੈ, ਨਿਰਮਲ ਰਿਸ਼ੀ ਵਰਸਿਸ ਸਰਦਾਰ ਸੋਹੀ। ਸੋ ਫਿਲਮ ਬਹੁਤ ਸ਼ਾਨਦਾਰ ਹੈ, ਹਸਾਏਗੀ ਤੁਹਾਨੂੰ ਅਤੇ ਐਂਡ ਦੇ ਵਿੱਚ ਇੱਕ ਮੈਸੇਜ ਵੀ ਦੇਗੀ। ਜਿਹੜੇ ਦੋ ਪਿੰਡ ਅਲੱਗ ਹੁੰਦੇ ਨੇ ਉਹ ਕਿਵੇਂ ਇੱਕ ਹੁੰਦੇ ਨੇ, ਕੀ ਰੀਜ਼ਨ ਹੈ ਉਸਦਾ, ਉਹ ਸਾਰਾ ਕੁਝ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ ਔਰ ਕਲਾਈਮਿੰਗਸ ਬੇਹੱਦ ਸ਼ਾਨਦਾਰ ਹੈ। ਸੋ ਫਿਲਮ ਜ਼ਰੂਰ ਦੇਖਣਾ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। ਚੱਲ ਪਾ ਚੱਲੀਏ ਅਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com, ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।